ਹਾਂ ਬ੍ਰੇਨ ਔਨ ਟੀਵੀ ਦੇ ਸਤਿਕਾਰਤ ਸਰੋਤਿਆਂ ਨੂੰ ਦੂਰ ਦਰਾਡੇ ਬੈਠੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਬਹੁਤ ਅਹਿਮ ਮਸਲੇ ਦੇ ਉੱਤੇ ਜਿਹੜੀ ਇਸ ਵੇਲੇ ਕੰਟਰੋਵਰਸੀ ਛੇੜੀ ਗਈ ਆ ਸਰਦਾਰ ਗੁਰਤੇਜ ਸਿੰਘ ਵੱਲੋਂ ਉਹ ਕਿਸੇ ਖਾਸ ਏਜੰਡੇ ਦੇ ਉੱਤੇ ਕੰਮ ਕਰ ਰਹੇ ਆ ਸ਼ਾਇਦ ਉਹ ਏਜੰਡਾ ਉਹਨਾਂ ਨੂੰ ਸੈਂਟਰ ਦੀ ਸਰਕਾਰ ਸੈਂਟਰ ਦੀ ਪਾਰਟੀ ਨੇ ਦਿੱਤਾ ਜਿਸ ਕਿਸਮ ਦੀ ਉਹ ਗੱਲ ਕਰ ਰਹੇ ਆ ਉਸੇ ਕਿਸਮ ਦੀ ਅਮਰਿੰਦਰ ਸਿੰਘ ਗੱਲ ਕਰ ਰਿਹਾ ਇੰਡੀਆ ਦੇ ਹੋਮ ਮਿਨਿਸਟਰ ਨੂੰ ਮਿਲ ਕੇ ਕਿ ਪੰਜਾਬ ਨੂੰ ਖਤਰਾ ਇੱਥੇ ਇਸ ਤਰੀਕੇ ਨਾਲ ਪਾਕਿਸਤਾਨ ਇੰਟਰਵੈਨ ਕਰ ਰਿਹਾ 600 ਯਾਨੀ ਮਾਈਲ ਦਾ ਇੱਕ ਬਾਰਡਰ ਆ ਸਾਡਾ ਉੱਥੇ ਡਰੋਨ ਸਿੱਟੇ ਜਾ ਰਹੇ ਦੇਸ ਐਂਡ दैट ਗੁਰਤੇਜ ਸਿੰਘ ਹੋਟੰਗ ਨਾਲ ਕਰ ਰਿਹਾ ਔਰ ਉਹ ਕਿਸ ਟੰਗ ਨਾਲ ਕਰ ਰਿਹਾ ਕਿ ਸਾਡੇ ਜਿਹੜੇ ਜਿਨ੍ਹਾਂ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਸਿੱਖ ਸਟਰਗਲ ਦੇ ਲਈ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਰੀਟਰੋਸਪੈਕਟਿਵਲੀ ਪਿੱਛੇ ਤੋਂ ਲੈ ਕੇ ਉਹਨਾਂ ਨੂੰ ਬਦਨਾਮ ਕੀਤਾ ਜਾਵੇ ਜਿਹੜੇ ਹੁਣ ਜਿਉਂਦੇ ਜਾਗਦੇ ਵਿਚਾਰੇ ਬਚ ਗਏ ਉਹਨਾਂ ਦੇ ਉੱਤੇ ਵੀ ਉਸ ਕਿਸਮ ਦਾ ਇਹ ਅਟੈਕ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਬਦਨਾਮ ਕੀਤਾ ਜਾਵੇ ਜਿਹੜੀ ਉਹਨਾਂ ਦੀ ਕੰਟਰੀਬਿਊਸ਼ਨ ਆ ਉਹਨੂੰ ਇਸ ਤਰੀਕੇ ਨਾਲ ਕੰਡੈਮ ਕਰ ਦਿੱਤਾ ਜਾਵੇ ਤਾਂ ਕਿ ਸਮਾਜ ਦੇ ਵਿੱਚ ਇੱਕ ਮਤਲਬ ਚੰਗਾ ਜੀਵਨ ਬਤੀਤ ਹੀ ਨਾ ਕਰ ਸਕਾਂ ਜਿਹੜੇ ਵਿਚਾਰੇ ਸ਼ਹੀਦ ਹੋ ਗਏ ਉਹਨਾਂ ਦੀਆਂ ਆਤਮਾਾਂ ਮਾਂ ਅੱਜ ਮੰਗ ਕਰ ਰਹੀਆਂ ਜਿਸ ਕੌਸ ਲਈ ਉਹ ਸ਼ਹੀਦ ਹੋਏ ਆ ਉਹਨਾਂ ਸ਼ਹੀਦਾਂ ਨੂੰ ਮਤਲਬ ਅੱਜ ਕਿਸ ਤਰੀਕੇ ਦੇ ਨਾਲ ਮਤਲਬ ਗੁਰਤੇਜ ਸਿੰਘ ਬਦਲਾਮ ਕਰ ਰਿਹਾ ਇਹ ਬੜੀ ਦੁਖਦਾਈ ਗੱਲ ਬਹੁਤ ਹੀ ਦੁਖਦਾਈ ਗੱਲ ਜਦੋਂ ਇਹ ਸਾਰੇ ਘਟਨਾਕਰਮ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਆਪਾਂ ਗੁਰਤੇਜ ਸਿੰਘ ਨੂੰ ਅਸੈਸ ਕਰ ਲਈਏ ਬੀ ਚੀਜ਼ ਕੀ ਹੈ ਗੁਰਤੇਜ ਸਿੰਘ ਆਈਐਸ ਦੇ ਵਿੱਚੋਂ ਟਰਮੀਨੇਟ ਹੋਇਆ 1983 ਦੇ ਵਿੱਚ ਜਦ ਕਿ ਉਹ ਕਲੇਮ ਕਰਦਾ ਹੈ ਉਹਦੇ ਜਿਹੜੇ ਉਪਾਸ਼ਕਾ ਕਲੇਮ ਕਰਦੇ ਆ ਵੀ 1984 ਦਾ ਜਿਹੜਾ ਕਲੂਕਾਰਾ ਸਹੀ ਦਰਬਾਰ ਸਾਹਿਬ ਤੇ ਅਟੈਕ ਫੌਜ ਦੇ ਅਟੈਕ ਦੇ ਪ੍ਰੋਟੈਸਟ ਦੇ ਵਿੱਚ ਉਸਨੇ ਕੀ ਕਹਿੰਦੇ ਹੁੰਦੇ ਆ ਰਿਜ਼ਾਈਨ ਕੀਤਾ ਇਹ ਬਿਲਕੁਲ ਗਲਤ ਗੱਲ ਹੈ ਬਿਲਕੁਲ ਝੂਠ ਆ ਬਿਲਕੁਲ ਬੇਬੁਨਿਆਦ ਗੱਲ ਆ ਗੁਰਤੇਜ ਸਿੰਘ ਨੂੰ 1983 ਦੇ ਵਿੱਚ ਟਰਮੀਨੇਟ ਕੀਤਾ ਗਿਆ। ਬਹੁਤ ਸਾਰੇ ਲੋਕ ਇਹ ਕਹਿੰਦੇ ਆ ਵੀ ਇਸ ਦੇ ਉੱਤੇ ਬਹੁਤ سنگੀਨ ਚਾਰजेस ਸੀ ਆਂਧਰਾ ਸਰਕਾਰ ਵੱਲੋਂ। ਸ਼ਾਇਦ ਉਥੇ ਇਸ ਨੇ ਕੋਈ ਬਹੁਤ ਵੱਡੇ ਕਪਲੇ ਕੀਤੇ ਹੋਣ ਤਾਂ ਉਹਨਾਂ ਕਪਲਿਆਂ ਤੋਂ ਲੁਕਣ ਲਈ ਇਸ ਨੇ ਬਹੁਤ ਕੋਸ਼ਿਸ਼ ਕੀਤੀ ਵੀ ਇਹਦਾ ਕਾਡਰ ਚੇਂਜ ਕਰ ਦਿੱਤਾ ਜਾਵੇ। ਦਰਬਾਰਾ ਸਿੰਘ ਦੇ ਤਰਲੇ ਕੀਤੇ ਉਹ ਪ੍ਰਕਾਸ਼ ਸਿੰਘ ਬਾਦਲ ਦੇ ਤਰਲੇ ਕੀਤੇ ਉਸ ਤੋਂ ਉਪਰੰਤ ਜਦ ਕੇ ਗੈਨੀ ਜ਼ੈਲ ਸਿੰਘ ਹੋਮ ਮਿਨਿਸਟਰ ਆਫ ਇੰਡੀਆ ਸੀ ਇਹ ਸਰਦਾਰ ਜੋਗਿੰਦਰ ਸਿੰਘ ਜਿਹੜੇ ਅੱਜ ਸਪੋਕਸਮੈਨ ਦੇ ਚੀਫ ਐਡੀਟਰ ਆ ਔਰ ਮਾਲਕ ਆ ਉਹਨਾਂ ਨੂੰ ਲੈ ਕੇ ਉਹ ਜਿੰਦਾ ਹੈਗੇ ਉਹਨਾਂ ਤੋਂ ਪੁੱਛਿਆ ਜਾ ਸਕਦਾ ਉਹਨਾਂ ਨੂੰ ਲੈ ਕੇ ਗੈਨੀ ਜ਼ੈਲ ਸਿੰਘ ਦੇ ਤਰਲੇ ਕੱਢੇ ਵੀ ਮੇਰਾ ਕਾਰਡਰ ਚੇਂਜ ਕਰ ਦਿਓ ਮੈਨੂੰ ਪੰਜਾਬ ਦੇ ਵਿੱਚ ਲੈ ਕੇ ਆਓ ਪਰੰਤੂ ਇਸ ਦੇ ਉੱਤੇ سنگੀਨ ਕਪਲੇ ਦੇ ਚਾਰਜਸ ਸੀ ਤੋ ਇਹ ਗੱਲ ਹੋ ਨਹੀਂ ਸਕਦੀ ਤੋ ਉਸ ਇਸ ਦੀਆਂ ਟਰਮੀਨੇਸ਼ਨ ਯਾ ਡਿਸਮਿਸਲ ਵਾਟੇਵਰ ਯੂ ਮੇਕ ਕਾਲ ਇਟ ਹੋਈਆ ਪਰ ਇਹ ਉਸ ਨੂੰ ਇਨਾ ਹੁਸ਼ਿਆਰ ਆਦਮੀ ਆ ਇਨਾ ਚਲਾਕ ਆਦਮੀ ਆ ਇਨਾ ਚੁਸਤ ਆਦਮੀ ਆ ਕਿ ਉਸ ਨੂੰ ਦੂਸਰੇ ਪਾਸੇ ਪ੍ਰੋਜੈਕਟ ਕਰਕੇ ਇਹ ਦੱਸਣਾ ਚਾਹੁੰਦਾ ਲੋਕਾਂ ਨੂੰ ਵੀ ਮੈਂ ਤਾਂ 1984 ਦੇ ਕਲੂਕਾਰੇ ਦੇ ਵਿਰੋਧ ਦੇ ਵਿੱਚ ਆਈਐਸ ਤੋਂ ਅਸਤੀਫਾ ਦਿੱਤਾ ਸੀ ਇੱਕ ਗੱਲ ਦੂਸਰਾ ਇਸ ਦਾ ਕਰਦਾਰ ਜੇ ਤੁਸੀਂ ਦੇਖੋ ਇਸ ਦਾ ਆਪਣੀ ਜ਼ਬਾਨ ਤੇ ਕੰਟਰੋਲ ਨਹੀਂ ਇਸ ਦੇ ਚ ਮੈਲਿਸ ਇਸ ਦੇ ਚ ਬਹੁਤ ਜ਼ਿਆਦਾ ਜੈਲਸੀ ਭਰੀ ਹੋਈ ਆ ਕਿਸੇ ਦੂਸਰੇ ਬੰਦੇ ਨੂੰ ਇਹ ਟੋਇਲਟ ਨਹੀਂ ਕਰ ਸਕਦਾ ਜੇ ਕੋਈ ਚੰਗਾ ਲਖਾਰੀ ਆ ਉਸ ਦੇ ਉੱਤੇ ਇਸ ਨੇ ਅਟੈਕ ਅੰਦਰੋਂ ਇਧਰੋਂ ਉਧਰੋਂ ਕਰਕੇ ਅਟੈਕ ਕਰਨਾ ਤਾਂ ਇਸ ਕਿਸਮ ਦੀ ਇਹਦੀ ਟ੍ਰੇਨਿੰਗ ਆ ਕਿਉਂਕਿ ਆਈਪੀਐਸ ਚ ਵੀ ਰਿਹਾ ਆਈਐਸ ਵੀ ਰਿਹਾ ਇਸ ਕਿਸਮ ਦੀਆਂ ਕਢਾਉਣੀਆਂ ਤੇ ਕਟੀਆਂ ਹਰਕਤਾਂ ਦਾ ਇਹ ਮਹਾਰਾ ਤੋ ਕੀ ਹੋਇਆ ਕਿ ਜਦੋਂ ਇੱਥੇ ਪੰਜਾਬ ਦੇ ਵਿੱਚ ਇੰਸਟੀਚਿਊਟ ਇੰਸਟੀਚਿਊਟ ਆਫ ਸਿੱਖ ਸਟੱਡੀ ਸੀਗਾ ਜਿਹੜਾ ਕਿ ਬਹੁਤ ਬਿਹਤਰੀਨ ਕੰਮ ਕਰ ਰਿਹਾ ਸੀ ਬੜੀਆਂ ਅੱਛੀਆਂ ਉਹਦੀਆਂ ਪਬਲਿਕੇਸ਼ਨ ਸੀਗੀਆਂ ਤਾਂ ਉਸ ਦੇ ਵਿੱਚ ਇਸ ਨੇ ਕਿਹਾ ਕਿ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਨੂੰ ਬਦਲ ਕੇ ਇੰਸਟੀਚਿਊਟ ਆਫ ਪੰਜਾਬ ਸਟੱਡੀਜ਼ ਬਣਾ ਦਿਓ ਉਹਨਾਂ ਦਾ ਇੱਕ ਮੈਗਜ਼ੀਨ ਨਿਕਲਦਾ ਜਿਹੜਾ ਹੁਣ ਵੀ ਨਿਕਲਦਾ ਉਹਦਾ ਹੈ ਐਬਸਟ੍ਰੈਕਟਸ ਆਫ ਸਿੱਖ ਸਟੱਡੀਜ਼ ਦਾ ਐਬਸਟ੍ਰੈਕਟਸ ਆਫ ਸਿਕ ਸਟੱਡੀਜ਼ ਤੋਂ ਉਸ ਨੇ ਕਿਹਾ ਵੀ ਇਸ ਨੂੰ ਬਦਲ ਕੇ ਇਸ ਨੂੰ ਬਦਲ ਕੇ ਐਬਸਟ੍ਰੈਕਟਸ ਆਫ ਪੰਜਾਬ ਸਟੱਡੀਜ਼ ਕਰ ਦਿਓ ਇਹ ਐਗਜ਼ੈਕਟਲੀ ਉਸੇ ਕਿਸਮ ਦੀ ਗੱਲ ਆ ਜਿਸ ਕਿਸਮ ਦੀ ਗੱਲ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਆ ਕਿ ਅਕਾਲੀ ਦਲ ਨੂੰ ਬਦਲ ਕੇ ਪੰਜਾਬ ਪਾਰਟੀ ਬਣਾ ਦਿਓ ਇਸ ਦੇ ਵਿੱਚ ਬੜੇ ਭੇਤ ਆ ਇਸ ਔਰ ਇਹ ਚੀਜ਼ ਜਿਹੜਾ ਇਹ ਕਰ ਰਿਹਾ ਸੀ ਇਹ ਪ੍ਰੋਫੈਸਰ ਜੇ ਐਸ ਗਰੇਵਾਲ ਤੇ இந்து ਬੰਗਾ ਦੇ ਇਸ਼ਾਰੇ ਦੇ ਉੱਤੇ ਕਰ ਰਿਹਾ ਸੀ ਔਰ ਇਹ ਉਸ ਨੂੰ ਜਿਹੜਾ ਐਬਸਟ੍ਰੈਕਟਸ ਆਫ ਸਿਕ ਸਟੱਡੀਜ਼ ਬਹੁਤ ਅੱਛਾ ਮੈਗਜ਼ੀਨ ਕੱਟ ਰੇ ਸੀ ਬਹੁਤ ਅੱਛੀ ਉਹਨਾਂ ਦੀ ਵਰਲਡ ਲੈਵਲ ਦੇ ਉੱਤੇ ਰੈਕਗਨਿਸ਼ਨ ਸੀ ਉਹਨਾਂ ਦੀ ਕੰਟ੍ਰਿਬਿਊਸ਼ਨ ਸੀ ਤਾਂ ਇਸ ਬੰਦੇ ਨੇ ਉਸ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਜਦਕਿ ਇਸ ਨੂੰ ਉਸ ਮੀਟਿੰਗ ਦੇ ਵਿੱਚ ਕਿਸੇ ਬੰਦੇ ਨੇ ਜੁੱਤੀ ਚੱਕ ਕੇ ਇਸ ਦੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਜਦਕਿ ਵਿਚਾਰੇ ਲੋਕਾਂ ਨੇ ਉਸ ਨੂੰ ਹਟਾ ਦਿੱਤਾ ਔਰ ਜਦੋਂ ਇਹ ਵਾਕਿਆ ਹੋਇਆ ਇਹ ਵਾਕਿਆ ਹੋਇਆ ਇਨਸੀਡੈਂਟਲੀ ਗੁਰਤੇਜ ਸਿੰਘ ਦੀ ਵਾਈਫ ਵੀ ਉੱਥੇ ਪ੍ਰੈਜ਼ੈਂਟ ਸੀ ਤਾਂ ਇਹ ਕਿਸੇ ਵੀ ਇੰਸਟੀਚਿਊਟ ਆਫ ਸਿਕ ਸਟੱਡੀਜ਼ ਅਧਵੀ ਚੱਲਦਾ ਉੱਥੇ ਦੇ ਮੈਂਬਰਸ ਤੋਂ ਪੁੱਛਿਆ ਪੁਰਾਣੇ ਮੈਂਬਰਸ ਤੋਂ ਪੁੱਛਿਆ ਜਾਏ ਵੀ ਇਹ ਵਾਕਿਆ ਹੋਇਆ ਜਾਂ ਨਹੀਂ ਹੋਇਆ ਚਸ਼ਮਦੀਦ ਗਵਾਹ ਉੱਥੇ ਹੈਗੇ ਆ ਔਰ ਜਿਨ੍ਹਾਂ ਨੇ ਇਹ ਸਾਹਮਣੇ ਜਿਹੜਾ ਦੋਕਾਰਾ ਹੋਇਆ ਇਹ ਸਾਹਮਣੇ ਦੇਖਿਆ ਜੁੱਤੀ ਚੱਕ ਕੇ ਇਹਦੇ ਸਿਰ ਤੇ ਮਾਰਨ ਲੱਗਿਆ ਸੀ ਕੋਈ ਆਦਮੀ ਤੋ ਇਸੇ ਤਰੀਕੇ ਦੇ ਨਾਲ ਸਰਦਾਰ ਜੋਗਿੰਦਰ ਸਿੰਘ ਜਿਹੜਾ ਸਪੋਕਸਮੈਨ ਆਲਾ ਉਹ ਪਹਿਲਾਂ 19 ਸੈਕਟਰ ਦੇ ਵਿੱਚ ਰਹਿੰਦੇ ਸੀ ਤਾਂ ਉਹ ਉਹਨਾਂ ਨੇ ਕੋਈ ਮੀਟਿੰਗ ਕਾਲ ਕੀਤੀ ਜਿਸ ਮੀਟਿੰਗ ਦੇ ਵਿੱਚ ਉਹਨਾਂ ਨੇ ਕੁਝ ਬੰਦਿਆਂ ਨੂੰ ਬੁਲਾਇਆ ਜਿਦੇ ਚ ਰਜਿੰਦਰ ਸਿੰਘ ਜਿਹੜੇ ਹੈਗੇ ਆ ਖਾਲਸਾ ਪੰਚਾਇਤ ਵਾਲੇ ਉਹ ਵੀ ਪ੍ਰੈਜ਼ੈਂਸੀ ਉਹਨਾਂ ਦੇ ਇੱਕ ਸਾਥੀ ਆ ਉਹ ਵੀ ਉੱਥੇ ਸੀਗੇ ਹੋਰ ਵੀ ਬੰਦੇ ਬਹੁਤ ਸੀ ਇਹਨਾਂ ਇਹ ਦੋਨੇ ਜਣੇ ਇਹ ਆਪ ਤੇ ਇਹਨਾਂ ਦੇ ਵਾਈਫ ਉਸ ਮੀਟਿੰਗ ਦੇ ਵਿੱਚ ਇਸੇ ਤਰੀਕੇ ਨਾਲ ਪ੍ਰੋਵੋਕੇਟਿਵ ਗੱਲਾਂ ਕਰਨ ਲੱਗੇ ਕਿਸੇ ਦੇ ਖਿਲਾਫ ਔਰ ਇਸ ਕਿਸਮ ਦੀਆਂ ਪ੍ਰੋਵੋਕੇਟਿਵ ਗੱਲਾਂ ਕੀਤੀਆਂ ਜਿਹੜੀਆਂ ਕਿ ਅਣਹੋਣੀਆਂ ਹੋਣ ਜਿਨ੍ਹਾਂ ਦੀ ਕੋਈ ਬੁਨਿਆਦ ਨਾ ਹੋਵੇ ਜਿਨ੍ਹਾਂ ਦਾ ਕੋਈ ਕਿਸਮ ਕਿਸਮ ਦਾ دارومدار ਨਾ ਹੋਵੇ ਤਾਂ ਉੱਥੇ ਵੀ ਬੈਠੇ ਉਸ ਆਦਮੀ ਨੇ ਜੁੱਤੀ ਚੱਕ ਕੇ ਇਸ ਨੂੰ ਬਹੁਤ ਗੰਦੀਆਂ ਗਾਲਾਂ ਕੀਤੀਆਂ ਤੇ ਬਾਅਦ ਦੇ ਵਿੱਚ ਇਹ ਚੁੱਪ ਕਰਕੇ ਉੱਥੋਂ ਨਿਕਲ ਗਿਆ ਇਸ ਤੋਂ ਇਲਾਵਾ ਇੱਕ ਹੋਰ ਇਵੈਂਟ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਕਿ ਇਸ ਆਦਮੀ ਦਾ ਆਪਣੀ ਜ਼ੁਬਾਨ ਦੇ ਉੱਤੇ ਕੋਈ ਕੰਟਰੋਲ ਨਹੀਂ ਇਹਦਾ ਕੀ ਕਿਰਦਾਰ ਹੈ ਕਿੰਨੀ ਜਗ੍ਹਾ ਇਸ ਦੀ ਹਿਊਮਿਲੇਸ਼ਨ ਹੋਈ ਆ ਕਿੰਨੀ ਜਗ੍ਹਾ ਇਸ ਦੀ ਦੁਰਦਸ਼ਾ ਹੋਈ ਆ ਜਿਹੜੀ ਕਿ ਮੈਂ ਬਿਆਨ ਨਹੀਂ ਸੀ ਕਰਨੇ ਚਾਹੁੰਦਾ ਪਰ ਇਸ ਬੰਦੇ ਨੇ ਦੂਸ਼ਣਬਾਜ਼ੀ ਤੋਂ ਕਿਤੇ ਪਿੱਛੇ ਨਹੀਂ ਹਟਦਾ ਇਹਦਾ ਆਪਣੇ ਆਪ ਤੇ ਕੰਟਰੋਲ ਨਹੀਂ ਆਪਣੇ ਆਪ ਤੇ ਕੋਈ ਡਿਸਪੀਸਪਲਨ ਨਹੀਂ ਆਪਣੇ ਆਪ ਦੇ ਉੱਤੇ ਕੋਈ ਕਿਸੇ ਕਿਸਮ ਦੇ ਐਥਿਕਸ ਨਹੀਂ ਮੋਰੈਲਿਟੀ ਨਹੀਂ ਐਵੇਂ ਪਾਠ ਕਰਦਾ ਪਖੰਡਾ ਇਸ ਦਾ ਪਾਠ ਕਰਨ ਦਾ ਔਰ ਉਹ ਕੀ ਹੋਇਆ ਮਤਲਬ ਆਸਟ੍ਰੇਲੀਆ ਦੇ ਵਿੱਚ ਸਿਡਨੀ ਦੇ ਵਿੱਚ ਮੈਂ ਤੇ ਇਹ ਦੋਨੇ ਇਨਵਾਈਟਡ ਹੋਏ ਸੀ ਉੱਥੇ ਗੁਰਦੁਆਰੇ ਦੇ ਵਿੱਚ ਲੈਕਚਰ ਦੇਣਾ ਸੀ ਉਸ ਗੁਰਦੁਆਰੇ ਦੇ ਸਾਹਮਣੇ ਕੁਝ ਘਰ ਐਕਰੋਸ ਦੀ ਰੋਡ ਜਿਸ ਘਰ ਤੇ ਘਰਾਂ ਦੇ ਵਿੱਚ ਉਹਨਾਂ ਨੇ ਗੁਰਦੁਆਰਾ ਮੈਨੇਜਿੰਗ ਕਮੇਟੀ ਨੇ ਉਹਨਾਂ ਨੇ ਆਪਣੇ ਰੈਸਟ ਹਾਊਸ ਬਣਾਏ ਹੋਏ ਆ ਵੀ ਜਿਹੜਾ ਕੋਈ ਬੰਦਾ ਬਾਹਰੋਂ ਆਉਂਦਾ ਉਹਨੂੰ ਉੱਥੇ ਠਹਿਰਾ ਦਿੰਦੇ ਸਾਨੂੰ ਦੋਨਾਂ ਨੂੰ ਠਹਿਰਾ ਦਿੱਤਾ ਉੱਥੇ ਐਕਰੋਸ ਦੀ ਰੋਡ ਹੀ ਉਹਨਾਂ ਨੇ ਘਰ ਖਰੀਦੇ ਹੋਏ ਆ ਉੱਥੇ ਆ ਕੇ ਜਿਹੜੇ ਉਹਨਾਂ ਦੇ ਪ੍ਰਬੰਧਕ ਸੀ ਉਹ ਕਹਿਣ ਲੱਗੇ ਵੀ ਅਸੀਂ ਇਸ ਨੂੰ ਨਹੀਂ ਬੁਲਾਉਣਾ ਗੁਰਤੇਜ ਸਿੰਘ ਨੂੰ ਮੈਂ ਹੈਰਾਨ ਹੋ ਗਿਆ ਸਸੋ ਪੰਜ ਹੋ ਗਿਆ ਵੀ ਇਹ ਕਾਰਨ ਕੀ ਹੋ ਸਕਦਾ ਉਹ ਮੈਨੂੰ ਕਹਿੰਦੇ ਤੁਹਾਨੂੰ ਅਸੀਂ ਬੁਲਾ ਲਾਂਗੇ ਮੈਂ ਕਿਹਾ ਮੇਰਾ ਦਿਲ ਇਸ ਤਰ੍ਹਾਂ ਦਾ ਹੈ ਮੈਂ ਕਿਹਾ ਵੀ ਇਹ ਤਾਂ ਬਹੁਤ ਹੀ ਗਲਤ ਗੱਲ ਹੈ ਇਹ ਆਦਮੀ ਅਸੀਂ ਇਕੱਠੇ ਆਏ ਆ ਜੇ ਇਸ ਆਦਮੀ ਨੂੰ ਨਹੀਂ ਬੁਲਾਉਣਾ ਤਾਂ ਮੈਂ ਉਹਨਾਂ ਨੂੰ ਕਿਹਾ ਬੜੀ ਨਿਮਰਤਾ ਦੇ ਨਾਲ ਵੀ ਮੈਂ ਵੀ ਨਹੀਂ ਬੋਲਣਾ ਪਹਿਲਾਂ ਇਹ ਬੋਲੇਗਾ ਫਿਰ ਮੈਂ ਬੋਲਾਂਗਾ ਤਾਂ ਉਹ ਇਸ ਗੱਲ ਤੇ ਕਹਿਣ ਲੱਗੇ ਜੀ ਇਸ ਨੂੰ ਅਸੀਂ ਇਸ ਕੰਡੀਸ਼ਨ ਤੇ ਬੁਲਾਉਂਦੇ ਆ ਵੀ ਸਿਰਫ ਅੱਧਾ ਘੰਟਾ ਹੀ ਆ ਸਾਡੇ ਕੋਲ ਮੈਂ ਕਿਹਾ ਇਸ ਨੂੰ ਤੁਸੀਂ ਖੁੱਲਾ ਟਾਈਮ ਦਿਓ ਜਿੰਨਾ ਇਹ ਟਾਈਮ ਬੋਲਣਾ ਚਾਹੁੰਦਾ ਆਊਟ ਆਫ ਕਰਟਸੀ ਆਊਟ ਆਫ ਡੀਸੈਂਸੀ ਆਊਟ ਆਫ ਐਥਿਕਸ ਐਂਡ ਮੋਰੈਲਿਟੀ ਮੈਂ ਉਹਨਾਂ ਨੂੰ ਇਹਦੀ ਪ੍ਰੈਜ਼ੈਂਸ ਚ ਕਿਹਾ ਚਾਹੇ ਝੁਠਲਾ ਦੇ ਇਸ ਗੱਲ ਨੂੰ ਇਹ ਗੁਰਦੁਆਰੇ ਦੇ ਵਿੱਚ ਮੈਂ ਇਹਨੂੰ ਕਿਹਾ ਮੈਂ ਕਿਹਾ ਤੁਸੀਂ ਇਸ ਨੂੰ ਗੁਰਦੁਆਰੇ ਚ ਲੈ ਜਾਓ ਇਸ ਨੂੰ ਜਿੰਨੀ ਦੇਰ ਬੋਲੇਗਾ ਮੈਂ ਉਨੀ ਦੇਰ ਤਿਆਰ ਹੋ ਕੇ ਨਾਤੋ ਕੇ ਅਨਾ ਜਦੋਂ ਮੈਂ ਨਾਤੋ ਕੇ ਉੱਥੇ ਪਹੁੰਚੇ ਮੱਥਾ ਟੇਕਿਆ ਤਾਂ ਇਸ ਦੀ ਕੰਟਰੋਵਰਸੀ ਆਪਸ ਦੇ ਵਿੱਚ ਡਿਸਕਸ਼ਨ ਚੱਲ ਰਹੀ ਸੀ ਇਸ ਨੇ ਇਸ ਕਿਸਮ ਦੀ ਕੁਰਖਤ ਗੱਲਾਂ ਕੀਤੀਆਂ ਜਿਹੜੀਆਂ ਬਰਦਾਸ਼ਤ ਦੇ ਕਾਬਲ ਨਹੀਂ ਸੀ ਤਾਂ ਉੱਥੋਂ ਸੰਗਤ ਦੇ ਵਿੱਚੋਂ ਉੱਠ ਕੇ ਲੋਕਾਂ ਨੇ ਇਸ ਦਾ ਪ੍ਰੋਟੈਸਟ ਕੀਤਾ ਤਾਂ ਪ੍ਰੋਟੈਸਟ ਕੀਤਾ ਪਰ ਹਟਿਆ ਨਹੀਂ ਇਸ ਨੇ ਆਪਣੀ ਜ਼ਬਾਨ ਦੇ ਉੱਤੇ ਕੰਟਰੋਲ ਨਹੀਂ ਕੀਤਾ ਇੱਕ ਨੌਜਵਾਨ ਮੁੰਡਾ 30 32 ਸਾਲ ਦਾ ਉਹ ਪਿੱਛੋਂ ਦੀ ਆ ਕੇ ਉਸ ਨੇ ਇਸ ਦੀ ਪੱਗ ਦੇ ਉੱਤੇ ਬਹੁਤ ਜ਼ੋਰ ਦੀ ਥੱਪੜ ਮਾਰਿਆ ਔਰ ਇਹਨੂੰ ਹੇਠਾਂ ਘੇਰ ਲਿਆ ਔਰ ਇਸ ਦੇ ਉੱਤੇ ਇਸ ਦੇ ਢਿੱਡ ਦੇ ਉੱਤੇ ਲੱਤਾਂ ਮਾਰਨ ਲੱਗ ਗਿਆ ਤੋਂ ਮੈਂ ਉਸੇ ਵੇਲੇ ਉੱਠ ਕੇ ਮੈਂ 705 ਹੋ ਗਿਆ ਹੈਰਾਨ ਹੋ ਗਿਆ ਮੈਂ ਉੱਠ ਕੇ ਇਸ ਨੂੰ छुड़ाया ਇਸ ਦੀ ਪੱਗ ਚੱਕੀ ਔਰ ਮੈਂ ਇਸ ਦੇ ਨਾਲ ਉਹਨਾਂ ਦੇ ਅਗੇਂਸਟ ਪ੍ਰੋਟੈਸਟ ਕਰਕੇ ਬਾਹਰ ਆਇਆ ਮੈਂ ਇਸ ਦੇ ਨਾਲ ਬਾਹਰ ਆਇਆ ਤੋਂ ਅਗਲੇ ਦਿਨ ਅਸੀਂ ਜਹਾਜ਼ ਤੋਂ ਵਾਪਸ ਆ ਗਏ ਤੋਂ ਮੇਰਾ ਕਹਿਣ ਦਾ ਮਤਲਬ ਇਹ ਆ ਇਸ ਆਦਮੀ ਦਾ ਆਪਣੇ ਆਪ ਤੇ ਕੋਈ ਕੰਟਰੋਲ ਨਹੀਂ ਔਰ ਇਸ ਦੀ ਐਸੀ ਈਗੋ ਆ ਇਸ ਦੀ ਐਸੀ ਮਾਨਸਿਕਤਾ ਹੈ ਕਿ ਸਮਝਦਾ ਦੁਨੀਆ ਚ ਮੈਂ ਹੀ ਆ ਮੇਰੇ ਕੋਲ ਸਾਰੀ ਦੁਨੀਆ ਦੀ ਨੋਲਿਜ ਆ ਮੇਰੇ ਕੋਲ ਸਿੱਖੀਜ਼ਮ ਮੈਂ ਸਿੱਖੀਜ਼ਮ ਦੇ ਉੱਤੇ ਅਥਾਰਟੀ ਆ ਮੈਂ ਸਿੱਖ ਇਤਿਹਾਸ ਦੇ ਉੱਤੇ ਅਥਾਰਟੀ ਆ ਇਸ ਕਿਸਮ ਦੇ ਕੰਪਲੈਕਸਿਸ ਨੂੰ ਉਹ ਸuffer ਕਰਦਾ ਔਰ ਇਹ ਮੈਂ ਹੁਣ ਕਹਿਣੀ ਨਹੀਂ ਸੀ ਗੱਲ ਲੇਕਿਨ ਕਿਉਂਕਿ ਇਸ ਨੇ ਕਈ ਹੱਦਾਂ ਪਾਰ ਕਰ ਦਿੱਤੀਆਂ ਇਲਜ਼ਾਮ ਤਰਾਸ਼ੀ ਮੇਰੇ ਤੇ ਨਹੀਂ ਸਾਰੀ ਦੁਨੀਆ ਤੇ ਇਲਜ਼ਾਮ ਤراਸ਼ੀ ਕਰਦਾ ਇਹ ਸਮਝਦਾ ਇਹੀ ਇਮਾਨਦਾਰ ਆਦਮੀ ਹੈ ਇਹ ਦੱਸੇ ਪੰਥ ਇਸ ਤੋਂ ਪੁੱਛ ਰਿਹਾ ਕਿ ਭਾਈ ਤੈਨੂੰ ਕਿਨਾ ਕਿਨਾ ਕਾਰਨਾ ਕਰਕੇ ਉਹਨਾਂ ਨੇ ਟਰਮੀਨੇਟ ਕੀਤੀਆਂ ਤੇਰੀਆਂ ਸਰਫਿਸ ਸਰਵਿਸਿਜ਼ ਔਰ ਹਰਾਨੀ ਦੀ ਗੱਲ ਕਿ ਇਸ ਨੇ ਕੋਈ ਕੇਸ ਵੀ ਦਾਇਰ ਨਹੀਂ ਕੀਤਾ ਉਸ ਦੇ ਖਿਲਾਫ ਵੀ ਮੇਰੀਆਂ ਤੁਸੀਂ ਸਰਵਿਸਿਜ਼ ਕਿਉਂ ਟਰਮੀਨੇਟ ਕੀਤੀਆਂ ਪੰਥ ਪੁੱਛ ਰਿਹਾ ਅੱਜ ਤੂੰ ਪੰਥ ਦੇ ਉੱਤੇ ਅਟੈਕ ਕਰ ਰਿਹਾ ਅੱਜ ਉਹਨਾਂ ਸ਼ਹੀਦਾਂ ਦੇ ਉੱਤੇ ਅਟੈਕ ਕਰ ਰਹੇ ਆ ਅੱਜ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਵਾਰ ਦਿੱਤੀਆਂ ਉਹਨਾਂ ਦੇ ਉੱਤੇ ਤੂੰ ਅਟੈਕ ਕਰ ਰਿਹਾ ਤੇਰੇ ਤੇ ਤੇਰੇ ਦੇ ਉੱਤੇ ਵੀ ਇਹ ਸਵਾਲ ਪੈਦਾ ਹੁੰਦਾ ਕਿ ਤੂੰ ਪੰਥ ਨੂੰ ਦੱਸ 1983 ਦੇ ਵਿੱਚ ਤੇਰੀਆਂ ਟਰਮੀਨੇਟ ਸਰਵਿਸਿਜ਼ ਹੋਈਆਂ ਜਾਂ ਕਿ 1984 ਦੇ ਪ੍ਰੋਟੈਸਟ ਦੇ ਵਿੱਚ ਤੂੰ ਰਿਜ਼ਾਈਨ ਕੀਤਾ ਇਹ ਗੱਲ ਪੰਥ ਨੂੰ ਪੁੱਛਣੀ ਬਣਦੀ ਆ ਤੇ ਤੋਰ ਤੇਰਾ ਬਣ ਤੈਨੂੰ ਬਣਦਾ ਤੇ ਤੈਨੂੰ ਦੱਸਣਾ ਬਣਦਾ ਸੱਚ ਤੋ ਉਤੇ ਕੋਈ ਨਹੀਂ ਸੱਚ ਤੋਂ ਉਤੇ ਸੱਚਾ ਆਚਾਰ ਆ ਸੱਚਾ ਆਚਾਰ ਕਲਟੀਵੇਟ ਕਰਨਾ ਚਾਹੀਦਾ ਇਸ ਆਦਮੀ ਨੂੰ ਤੋ ਖੈਰ ਇਹ ਤਾਂ ਮਤਲਬ ਇਸ ਕਿਸਮ ਦੀ ਗੱਲ ਆ ਹੁਣ ਇਸ ਨੇ ਚੰਦਰਸ਼ੇਖਰ ਦੇ ਨਾਲ ਡਾਇਲੌਗ ਸ਼ੁਰੂ ਕੀਤਾ ਚੰਦਰਸ਼ੇਖਰ ਦੇ ਨਾਲ ਜਸਟੀਫਾਈ ਕਰ ਰਿਹਾ ਔਰ ਮੈਂ ਦੱਸਣਾ ਚਾਹੁੰਦਾ ਵੀ ਚੰਦਰਸ਼ੇਖਰ ਦਾ ਕੀ ਕੈਰੈਕਟਰ ਸੀ ਸੁਣੋ ਗੱਲ ਉਹ ਜਦੋਂ 1984 ਦੇ ਨਵੰਬਰ ਦੇ ਵਿੱਚ ਸਿੱਖਾਂ ਦਾ ਜੈਨੋਸਾਈਡ ਹੋ ਰਿਆ ਸੀ ਕਤਲੋਗਾਰਦ ਹੋ ਰਹੀ ਸੀ ਅਗਜ਼ ਨਹੀਂ ਹੋ ਰਹੀ ਸੀ ਬੇਅਦਬੀਆਂ ਹੋ ਰਹੀਆਂ ਸੀ ਗੁਰੂ ਗ੍ਰੰਥ ਸਾਹਿਬ ਦੀਆਂ ਔਰ ਸਿੱਖ ਬੱਚਿਆਂ ਨੂੰ ਬੀਬੀਆਂ ਨੂੰ ਬੀਬੀਆਂ ਨੂੰ ਗੈਂਗ ਰੇਪ ਕੀਤਾ ਜਾ ਰਿਹਾ ਸੀ ਤਾਂ ਉਸ ਵੇਲੇ ਕੁਝ ਸਿਰਕੜ ਸਿੱਖ ਜਿਹੜੇ ਸੀ ਉਹ ਗਏ ਚੰਦਰ ਸ਼ੇਖਰ ਦੇ ਕੋਲ ਚੰਦਰ ਸ਼ੇਖਰ ਨੂੰ ਕਹਿਣ ਲੱਗੇ ਵੀ ਦੇਖੋ ਕਿਤਨਾ ਹੋ ਰਿਹਾ ਤੁਸੀਂ ਸਾਡੇ ਨਾਲ ਚੱਲੋ ਪ੍ਰਾਈਮ ਮਿਨਿਸਟਰ ਨੂੰ ਅਸੀਂ ਰਿਕੁਐਸਟ ਕਰੀਏ ਵੀ ਇਹ ਕਤਲੋਗਾਰਦ ਬੰਦ ਹੋ ਜਾਏ ਤਾਂ ਨਰਸਿੰਮਰ ਉਸ ਵੇਲੇ ਹੋਮ ਮਿਨਿਸਟਰ ਸੀ ਅਰਜੀਵ ਗਾਂਧੀ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ ਤਾਂ ਉਸ ਵੇਲੇ ਕੀ ਕਹਿ ਰਿਹਾ ਮੈਂ ਤੁਹਾਨੂੰ ਕੋਟ ਕਰਕੇ ਦੱਸਦਾ ਤਾਂ ਕਿ ਇਹ ਬੰਦਾ ਪੂਰੇ ਤੌਰ ਤੇ ਨੰਗਾ ਹੋ ਜੇ ਪੰਥ ਦੇ ਸਾਹਮਣੇ ਤਾਂ ਉਸਨੇ ਚੰਦਰਸ਼ੇਖ ਨੇ ਕੀ ਕਿਹਾ ਆਈ ਕੈਨ ਨੋਟ ਡੂ ਇਟ ਆਈ ਡੋਨਟ ਵਾਂਟ ਟੂ ਬੀ ਅਕਿਊਜ਼ਡ ਆਫ ਰਿਯੂਨਿੰਗ ਦੀ ਲੇਟ ਪ੍ਰਾਈਮ ਮਿਨਿਸਟਰਸ ਫਿਊਨਰਲ ਏ ਉਹਦਾ ਜਵਾਬ ਸੀ ਸਿੱਖਾਂ ਨੂੰ ਜਦੋਂ ਸਿੱਖ ਉਸ ਨੂੰ ਮਿਲਣ ਗਏ ਉਸ ਨੂੰ ਬੇਨਤੀ ਕਰਨ ਗਏ ਕਿ ਵੀ ਤੂੰ ਇਹ ਕਲੇਮ ਕਰਦਾ ਵੀ ਤੂੰ ਸ਼ਾਇਦ ਸਿੱਖਾਂ ਦਾ ਬੈਨੀਫੈਕਟਰ ਆ ਤੂੰ ਸਾਡੇ ਨਾਲ ਚੱਲ ਕੇ ਪ੍ਰਾਈਮ ਮਿਨਿਸਟਰ ਨੂੰ ਕਹਿ ਵੀ ਪਾਈਆ ਕਤਲੋਗਾਰਤ ਆਰਮੀ ਇੰਸਟਾਲ ਕਰਕੇ ਕਤਲੋਗਾਰਤ ਬੰਦ ਕਰਾਓ ਸਾਡਾ ਕਿਸ ਕਿਸਮ ਦੀ ਸਾਡੀ ਦੁਰਦਸ਼ਾ ਹੋ ਰਹੀ ਆ ਔਰ ਇਹ ਬੇਸ਼ਰਮੀ ਦੇ ਨਾਲ ਬੇਹਿਆਈ ਦੇ ਨਾਲ ਚੰਦਰਸ਼ੇਖਰ ਨੂੰ ਇਲੋਜਾਈਜ਼ ਕਰਦਾ ਔਰ ਇਹ ਜਿਹੜੀ ਜੋ ਮੈਂ ਕੋਟ ਕੀਤੀ ਆ ਕਿੱਥੋਂ ਕੋਟ ਕੀਤੀ ਆ who are the guilty ਜਿਹਦੀਆਂ ਲੱਖਾਂ ਕਾਪੀਆਂ ਛਪੀਆਂ ਉਹ ਜੈਨੋਸਾਈਡ ਤੋਂ ਬਾਅਦ ਔਰ ਉਹ ਲੱਖਾਂ ਕਾਪੀਆਂ ਸਾਰੇ ਹਿੰਦੁਸਤਾਨ ਸਾਰੀ ਦੁਨੀਆ ਦੇ ਵਿੱਚ ਵੱਡੀਆਂ ਗਈਆਂ ਉਹਦਾ ਪੰਜਾਬੀ ਵਿੱਚ ਵੀ ਟਰਾਂਸਲੇਸ਼ਨ ਹੋਇਆ ਦੋਸ਼ੀ ਕੌਣ ਤੋਂ ਇਹ ਦੇਖ ਲਵੇ ਗੁਰਤੇਜ ਸਿੰਘ ਤਾਂ ਆਪਣੇ ਆਪ ਨੂੰ ਸ਼ੀਸ਼ੇ ਦੇ ਅੱਗੇ ਖੜਾ ਕਰਕੇ ਆਪਣਾ ਆਪ ਐਨਾਲਿਸਿਸ ਕਰ ਲਵੇ ਦੂਸਰੀ ਗੱਲ ਇਸੇ ਕਿਸਮ ਦੀ ਗੱਲ ਹੈ ਕਿ ਜਦੋਂ ਨਰਸਿਮਹਾ ਪ੍ਰਾਈਮ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਬਣਿਆ ਹਾਲਾਂਕਿ ਉਸ ਤੋਂ ਪਹਿਲਾਂ ਜਿਹੜਾ ਨਰਸਿਮਹਾ ਰਾਓ ਦਾ ਰੋਲ ਸੀ ਬਤੌਰ ਹੋਮ ਮਿਨਿਸਟਰ ਜਦੋਂ ਸਿੱਖਾਂ ਦਾ ਜੈਨੋਸਾਈਡ ਹੋ ਰਿਹਾ ਸੀ ਦਿੱਲੀ ਦੇ ਵਿੱਚ ਔਰ ਦਿੱਲੀ ਤੋਂ ਬਾਹਰ ਤਾਂ ਉਸ ਤੋਂ ਬਾਅਦ ਇਹ ਇਹਨੇ ਇੱਕ ਪ੍ਰੈਸ ਸਟੇਟਮੈਂਟ ਦਿੱਤੀ ਜਿਹੜੀ ਛਪੀ ਵੀ ਆ ਅਖਬਾਰਾਂ ਦੇ ਵਿੱਚ ਕਿ ਸਿੱਖਾਂ ਦਾ ਵਿਰੋਧ ਸੀ ਸਿਰਫ ਗਾਂਧੀ ਪਰਿਵਾਰ ਦੇ ਨਾਲ ਹੁਣ ਗਾਂਧੀ ਪਰਿਵਾਰ ਖਤਮ ਹੋ ਗਿਆ ਹੁਣ ਗਾਂਧੀ ਪਰਿਵਾਰ ਤੋਂ ਬਾਅਦ ਇੱਕ ਐਸਾ ਆਦਮੀ ਪ੍ਰਾਈਮ ਮਿੰਿਸਟਰ ਬਣਿਆ ਇਸ ਮੁਲਕ ਦਾ ਜਿਹਨੂੰ ਮੈਂ ਜ਼ਾਤੀ ਤੌਰ ਤੇ ਜਾਣਦਾ ਜਿਹੜਾ ਆਂਧਰਾ ਦਾ ਸੀ ਮੈਂ ਉਹਨੂੰ ਜਾਣਦਾ ਉਹ ਬਹੁਤ ਅੱਛਾ ਨੇਕ ਇਨਸਾਨ ਸੀ ਔਰ ਉਸ ਬੰਦੇ ਨੂੰ ਸਾਨੂੰ ਅਪਰੋਚ ਕਰਨਾ ਚਾਹੀਦਾ ਤਾਂ ਕਿ ਸਾਡਾ ਬੈਨੀਫਿਟ ਹੋਵੇ ਮੈਂ ਇੱਥੇ ਦੱਸਣਾ ਚਾਹੁੰਦਾ ਸਾਰੇ ਸਰੋਤਿਆਂ ਨੂੰ ਜਿਤਨਾ ਕਤਲੋ ਘਾਰਤ ਸਿੱਖ ਬੱਚਿਆਂ ਦਾ ਨਰਸਿਮਹਾ ਰੌ ਦੇ ਰਜਿੰਮ ਦੇ ਵਿੱਚ ਹੋਇਆ ਸ਼ਾਇਦ ਹੀ ਕਦੇ ਹੋਇਆ ਹੋਵੇ। ਇਸੇ ਤਰੀਕੇ ਨਾਲ ਚੰਦਰ ਸ਼ੇਖਰ ਦੇ ਰਜਿੰਮ ਵਿੱਚ ਵੀ ਉਹੀ ਗੱਲਾਂ ਹੋਈਆਂ। ਕਤਲੋਗਾਰਤ ਸਿੱਖਾਂ ਦਾ ਹੁੰਦਾ ਰਿਹਾ ਪਰ ਇਹ ਆਦਮੀ ਆਪਣੇ ਸਵਾਰਥਾਂ ਦੇ ਲਈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਨੂੰ ਕੋਈ ਨਾ ਕੋਈ ਅਕੋਮੋਡੇਸ਼ਨ ਮਿਲ ਜੇ ਸੈਂਟਰ ਦੇ ਵਿੱਚ। ਚੰਦਰ ਸ਼ੇਖਰ ਦੀ ਗੋਦੀ 'ਚ ਵੀ ਚੜਿਆ ਰਿਹਾ ਔਰ ਇਸੇ ਤਰੀਕੇ ਨਾਲ ਨਰਸਿਮਹਾ ਰੌ ਨੂੰ ਪ੍ਰੋਜੈਕਟ ਕਰਦਾ ਰਿਹਾ ਪੋਜ਼ਿਟਿਵਲੀ। ਤੋਂ ਉਸ ਦੀ ਗੋਦੀ 'ਚ ਵੀ ਜਾ ਬੈਠਾ ਤੋ ਅੱਜ ਹੈਗੀ ਤੀਜੀ ਸਰਕਾਰ ਇੱਕ ਉਹ ਸਰਕਾਰ ਦਾ ਇੱਕ ਪਰਪਸ ਹੈ ਇੱਕ ਉਹਨਾਂ ਦਾ ਮੋਟਿਵ ਆ ਕਿ ਕਿਸ ਤਰੀਕੇ ਨਾਲ ਰੀਟਰੋਸਪੈਕਟਿਵਲੀ ਪਿੱਛੇ ਤੋਂ ਜਾ ਕੇ ਕਿਸ ਤਰੀਕੇ ਨਾਲ ਸਿੱਖ ਜਿਹੜੇ ਮਿਲੀਟੈਂਟ ਜਿਨ੍ਹਾਂ ਨੇ ਵਿਚਾਰਿਆਂ ਨੇ ਮਾਰਟਰ ਕਹਿਣਾ ਉਹਨਾਂ ਨੂੰ ਮੈਂ ਕਹਿੰਦਾ ਉਹ ਸ਼ਹੀਦ ਹੈਗੇ ਜ਼ਿੰਦਾ ਵੀ ਸ਼ਹੀਦ ਆ ਜਿਨ੍ਹਾਂ ਨੇ ਮਤਲਬ ਆਪਣੀਆਂ ਜਾਨਾਂ ਵਾਰਤੀਆਂ ਉਹ ਵੀ ਸ਼ਹੀਦ ਆ ਉਹਨਾਂ ਨੂੰ ਬਹੁਤ ਬਦਨਾਮ ਕਰਦੇ ਹੋ ਬਹੁਤ ਜ਼ਿਆਦਾ ਉਹਨਾਂ ਦੇ ਉੱਤੇ ਇਸ ਕਿਸਮ ਦੀ ਕਰੈਕਟਰ ਅਸੈਸੀਨੇਸ਼ਨ ਕਰੋ ਕਿ ਉਹ ਜਿਹੜੇ ਸਿੱਖ ਵੀ ਆ ਉਹ ਵੀ ਉਹਨਾਂ ਨੂੰ ਨਫ਼ਰਤ ਕਰਨ ਲੱਗ ਜਾਂਦੇ ਨੇ ਮੈਂ ਪੁੱਛਣਾ ਚਾਹਨਾ ਇਸ ਜੋ ਸੋ ਕਾਰਡ ਪ੍ਰੋਫੈਸਰ ਆਫ ਸਿੱਖਿਜ਼ਮ ਆ ਕੀ ਬੀਅੰਦ ਸਿੰਘ ਤੇ ਸਤਵੰਦ ਸਿੰਘ ਦਾ ਕੀ ਰੋਲ ਆ ਮੈਂ ਅੱਜ ਵੀ ਕਹਿਣ ਨੂੰ ਤਿਆਰ ਆ ਇਸ ਮੀਡੀਆ ਰਾਹੀਂ ਕਿ ਮੇਰੇ ਲਈ ਉਹ ਬਹੁਤ ਸਤਿਕਾਰਿਤ ਸ਼ਹੀਦ ਹੈਗੇ ਜਿਨ੍ਹਾਂ ਨੇ ਬਹੁਤ ਵੱਡੀ ਸ਼ਹਾਦਤ ਦਿੱਤੀ ਆ ਔਰ ਜੇ ਫਰਜ਼ ਕਰੋ ਇਹ ਗੱਲ ਨਾ ਹੁੰਦੀ ਤਾਂ ਅੱਜ ਸਿੱਖਾਂ ਦੀ ਕੀ ਪੋਜੀਸ਼ਨ ਆ ਗੁਰਤੇਜ ਸਿੰਘ ਇਸ ਨੂੰ ਜਰਾ ਖੋਲ ਕੇ ਦੱਸ ਇਸੇ ਤਰੀਕੇ ਨਾਲ ਸੁਖਾ ਚਿੰਦਾ ਕਿੰਡੀ ਬੜੀ ਸ਼ਹਾਦਤ ਆ ਔਰ ਉਸ ਦਾ ਜਿਹੜਾ ਜੱਜ ਹੈ ਉਸ ਨੇ ਸੁਖਾ ਜਿੰਦੇ ਦੀ ਤਸਵੀਰ ਲਈ ਵੀ ਸੀ ਆਪਣੇ ਕਰਦੇ ਵਿੱਚ ਔਰ ਉਸ ਨੇ ਇੱਕ ਖੁੱਲ ਦਿੱਤੀ ਸੀ ਕਿ ਭਾਈ ਤੁਸੀਂ ਆਪਣੇ ਬਿਆਨਾਂ ਤੋਂ ਬਦਲ ਜਾਓ ਜਦ ਕੇ ਉਹਨਾਂ ਨੇ ਖੁੱਲੇ ਤੌਰ ਤੇ ਇਸ ਗੱਲ ਦਾ ਇੱਕ ਗੱਲ ਕਹੀ ਸੀ ਵੀ ਅਸੀਂ ਉਸ ਨੂੰ ਜਿਹੜਾ ਹਿੰਦੁਸਤਾਨ ਦਾ ਫਾਰਮਰ ਚੀਫ ਆਫ ਦੀ ਆਰਮੀ ਸਟਾਫ ਆ ਉਸ ਨੂੰ ਅਸੀਂ ਸ਼ਹੀਦ ਕੀਤਾ ਉਸ ਨੂੰ ਅਸੀਂ ਮਾਰਿਆ ਕਿਉਂਕਿ ਉਹ ਜ਼ਿੰਮੇਵਾਰ ਸੀ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੇ ਲਈ ਉਸ ਦੀ ਆਪਣੀ ਕੰਟਰੀਬਿਊਸ਼ਨ ਸੀ ਤੋਂ ਅਸੀਂ ਸੁੱਖਾ ਜਿੰਦਾਂ ਨੂੰ ਭਲਾ ਦਈਏ ਅਸੀਂ ਬਿਆਨ ਸਿੰਘ ਸਤਵੰਤ ਸਿੰਘ ਨੂੰ ਭਲਾ ਦਈਏ ਮੈਂ ਗੁਰਤੇਜ ਸਿੰਘ ਤੋਂ ਪੁੱਛਣਾ ਚਾਹੁੰਦਾ ਉਹ ਆਪਣੀ ਆਤਮਾ ਤੇ ਹੱਥ ਰੱਖ ਕੇ ਕਹੇ ਉਸਦੇ ਜੇ ਕੋਈ ਇੰਟੈਲੈਕਟ ਹੈ ਜੇ ਕੋਈ ਮੋਰੈਲਿਟੀ ਹੈ ਜੇ ਕੋਈ ਐਥਿਕਸ ਆ ਉਸਦੇ ਉੱਤੇ ਹੱਥ ਰੱਖ ਕੇ ਕਹੇ ਇਸੇ ਤਰੀਕੇ ਦੇ ਨਾਲ ਹੁਣ ਦੇਖੋ ਬੜੀ ਹੈਰਾਨੀ ਦੀ ਗੱਲ ਆ ਕਿ ਅਜਮੇਰ ਸਿੰਘ ਨੂੰ ਟਾਰਗੇਟ ਕਰ ਰਿਹਾ ਉਹ ਅਜਮੇਰ ਸਿੰਘ ਦਾ ਸਮਾਜ ਦੇ ਵਿੱਚ ਕੀ ਰੋਲ ਆ ਅਜਮੇਰ ਸਿੰਘ ਇੱਕ ਆਥਰ ਹੈ ਉਸ ਦੀ ਆਪਣੀ ਬਹੁਤ ਬੜੀ ਵਰਡ ਬੁਲੀ ਕੰਟਰੀਬਿਊਸ਼ਨ ਆ ਫਰ ਸਿੱਖਿਜ਼ਮ ਬਹੁਤ ਖੂਬਸੂਰਤ ਉਸ ਦੀਆਂ ਕਿਤਾਬਾਂ ਔਰ ਉਸ ਨੂੰ ਇਹ ਕਹਿ ਕੇ ਕਿ ਜੀ ਇਹ ਤਾਂ ਇਹ ਤਾਂ ਸੀਗਾ ਨੈਕਸ ਸਲਾਈਡ ਸੀ ਇਸ ਨੇ ਐਂ ਕੀਤਾ ਉਹ ਕੀਤਾ ਉਸ ਦੇ ਕਰੈਕਟਰ ਨੂੰ ਇਸ ਤਰੀਕੇ ਨਾਲ ਮਤਲਬ ਮੈਲਾਈਨ ਕੀਤਾ ਜਾ ਰਿਹਾ ਕਿ ਜਿਹੜਾ ਬਰਦਾਸ਼ਤ ਤੋਂ ਬਾਹਰ ਹੈ ਤੋਂ ਮੈਂ ਪੁੱਛਣਾ ਚਾਹੁੰਨਾ ਕਿ ਬੰਦਾ ਬਹਾਦਰ ਪਹਿਲਾਂ ਕੀ ਸੀ ਮੈਂ ਗੁਰਤੇਜ ਸਿੰਘ ਨੂੰ ਪੁੱਛਣਾ ਚਾਹੁੰਨਾ ਹੈ ਕਿ ਅਨਲੋਜੀ ਦੇ ਕੇ ਕਿ ਗੁਰਤੇਜ ਸਿੰਘ 10 ਬੰਦਾ ਬਹਾਦਰ ਪਹਿਲਾਂ ਕੀ ਸੀ ਉਹ ਵਿਰਾਗੀ ਸੀ ਉਹ ਉਸ ਦਾ ਕੋਈ ਸਰੋਕਾਰ ਨਹੀਂ ਸੀ ਸਿੱਖਾਂ ਦੇ ਨਾਲ ਪਰ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਦੇ ਨਾਲ ਜੁੜ ਕੇ ਉਸ ਦੇ ਵਿੱਚ ਇੱਕ ਬਹੁਤ بڑا ਪਰਿਵਰਤਨ ਆ ਗਿਆ ਬਹੁਤ बड़ी चेंज ਆ ਗਈ ਤਾਂ ਬੰਦਾ ਸਿੰਘ ਬਹਾਦਰ ਬਣ ਗਿਆ ਔਰ ਉਸ ਨੇ ਉਹ ਕੰਟਰੀਬਿਊਸ਼ਨ ਕੀਤੀ ਹੈ ਸਿੱਖੀਜ਼ਮ ਦੇ ਵਿੱਚ ਜਿਹੜੀ ਮਤਲਬ ਕਿਸੇ ਸ਼ਾਇਦ ਹੀ ਕਿਸੇ ਮੂਵਮੈਂਟ ਦੇ ਵਿੱਚ ਹੋਈ ਹੋਵੇ ਔਰ ਛੋਟੇ ਜੇ ਅਰਸੇ ਦੇ ਵਿੱਚ ਛੋਟੇ ਜੇ ਅਰਸੇ ਦੇ ਵਿੱਚ ਜਿਹੜੀ ਮੁਗਲ एंपਾਇਰ ਦੀ ਮਿੱਥ ਸੀ ਉਸ ਨੂੰ ਤੋੜ ਦਿੱਤਾ ਸਿੱਕੇ ਚਲਾ ਦਿੱਤੇ ਗੁਰੂ ਦੇ ਨਾਮ ਦੇ ਉੱਤੇ ਔਰ ਮੈਂ ਇੱਥੇ ਖਾਸ ਤੌਰ ਤੇ ਦੱਸਣਾ ਚਾਹੁੰਦਾ ਉਸ ਵੇਲੇ ਵੀ ਗੁਰਤੇਜ ਸਿੰਘ ਵਰਗੇ ਬੰਦੇ ਸੀ ਰਤਨ ਸਿੰਘ ਪੰਗੂ ਨੇ ਪੰਥ ਪ੍ਰਕਾਸ਼ ਦੇ ਵਿੱਚ ਪੰਥ ਪ੍ਰਕਾਸ਼ ਦੇ ਵਿੱਚ ਵੀ ਉਸ ਨੂੰ ਮਿਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਬੰਦਾ ਸਿੰਘ ਬਹਾਦਰ ਨੂੰ ਤੋਂ ਇਹ ਤਰਾਸਦੀ ਹੈ ਇਹ ਚੱਲੀ ਆ ਰਹੀ ਹੈ ਕਿਉਂਕਿ ਸਿੱਖਾਂ 'ਚ ਮਸੰਦ ਬਹੁਤ ਸਿੱਖ ਪਹਿਰਾਵੇ ਦੇ ਵਿੱਚ ਮਸੰਦ ਸਿੱਖਾਂ ਦੇ ਗੁਰਤੇਜ ਸਿੰਘ ਬਹੁਤ ਵੱਡਾ ਮਸੰਦ ਹੈ ਜਿਨ੍ਹਾਂ ਮਸੰਦਾਂ ਨੂੰ ਗੁਰੂ ਦਸਵੇਂ ਪਾਸ਼ਾ ਨੇ ਸਭ ਤੋਂ ਵੱਡਾ ਅੰਦਰੂਨੀ ਦੁਸ਼ਮਣ ਸਮਝ ਕੇ ਉਹਨਾਂ ਨੂੰ ਖਤਮ ਕੀਤਾ ਸੀ। ਤੋਂ ਇਹ ਮਤਲਬ ਇਹ ਹੀ ਕਰਤੱਬ ਉਹ ਕਰ ਰਿਹਾ ਵਿੱਚ ਬੈਠਾ ਸਿੱਖੀ ਸਰੂਪ ਦੇ ਵਿੱਚ ਬੈਠਾ ਔਰ ਪ੍ਰਕਲੇਮ ਕਰਦਾ ਵੀ ਮੈਂ ਤਾਂ ਪਾਠ ਕਰਦਾ ਔਰ ਪ੍ਰਕਲੇਮ ਪ੍ਰਕਲੇਮ ਕਰਦਾ ਵੀ ਮੈਂ ਪ੍ਰੋਫੈਸਰ ਆਫ ਸਿੱਖੀ ਜ਼ਮਾ। ਤੋਂ ਮੇਰਾ ਮਤਲਬ ਇਹ ਆ ਜਿਸ ਤਰੀਕੇ ਨਾਲ ਬੰਦਾ ਸਿੰਘ ਬਹਾਦਰ ਨੂੰ ਮਲਾਈਨ ਕੀਤਾ ਗਿਆ ਹੁਣ ਉਸ ਨੂੰ ਰਿਵਾਈਵ ਹੋਈ ਆ। ਹੁਣ ਲੋਕ ਸਿੱਖਾਂ ਨੇ ਰੀਅਲਾਈਜ਼ ਕੀਤਾ ਕਿ ਉਸ ਦੀ ਬਹੁਤ ਬੜੀ ਕੰਟਰੀਬਿਊਸ਼ਨ ਸੀ ਬਹੁਤ ਬੜੀ ਦੇਨ ਸੀ ਜਿਹੜੀ ਮਤਲਬ ਮੁਗਲ एंपਾਇਰ ਦੀ ਮਿਥ ਨੂੰ ਤੋੜ ਦੇਣਾ ਔਰ ਨਾ ਕੋਈ ਆਰਗੇਨਾਈਜ਼ਡ ਆਰਮੀ ਨਾ ਕੋਈ ਆਰਗੇਨਾਈਜ਼ਡ ਸਿਸਟਮ ਉਸ ਬੰਦੇ ਦੀ ਵਿਲ ਪਾਵਰ ਜਿਹੜੀ ਕਿ ਉਸਨੇ ਇਨਸਪੀਰੇਸ਼ਨ ਲਈ ਸੀ 10ਵੇਂ ਪਾਸ਼ਾ ਤੋਂ 1710 ਦੇ ਵਿੱਚ ਬੈਟਲ ਆਫ ਸਰਹੰਦ ਦੇ ਵਿੱਚ ਇਟ ਨਾਲ ਇਟ ਖੜਕਾ ਕੇ ਉਸ ਨੂੰ ਉਸ ਜ਼ਾਲਮ ਜਿਹੜਾ ਔਰ ਅਰ 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 ਜੀਮ ਸੀ ਉਸ ਨੂੰ ਖਤਮ ਕਰ ਦਿੱਤਾ ਔਰ ਲੋਕਾਂ 'ਚ ਪ੍ਰਭਾਵ ਦੇ ਦਿੱਤਾ ਵੀ ਇਹ ਜਿਹੜਾ ਮੁਗਲ एंपਾਇਰ ਇਨਵਿੰਸੀਬਲ ਨਹੀਂ ਅਨਕੰਕਰੇਬਲ ਨਹੀਂ ਇਹਨੂੰ ਜਿੱਤਿਆ ਜਾ ਸਕਦਾ ਇਹਨੂੰ ਹਰਾਇਆ ਜਾ ਸਕਦਾ ਔਰ ਉਸ ਦੀ ਤੁਹਾਨੂੰ ਪਤਾ ਹੀ ਕੰਟਰੀਬਿਊਸ਼ਨ ਬਹੁਤ ਵੱਡੀ ਮੈਂ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਕਹਿੰਦਾ ਕਿ ਉਸ ਬੰਦੇ ਨੇ ਐਗਰੀਕਲਚਰ ਲੈਂਡ ਦੇ ਰਾਈਟਸ ਜਿਹੜੇ ਸੀ ਉਹ ਟੇਲਰਸ ਨੂੰ ਦਿੱਤੇ ਜਿਹੜੇ ਗਰੀਬ ਕਿਸਾਨ ਉਸ ਦੀ ਕਿਸਾਨੀ ਕਰਦੇ ਸੀ ਉਹਨਾਂ ਨੂੰ ਅਧਿਕਾਰ ਦਿੱਤੇ ਤੁਸੀਂ ਥੋੜੀ ਮਲਕੀਅਤ ਆ ਹੁਣ ਕਿੱਡਾ ਖੂਬਸੂਰਤ ਰੋਲ ਆ ਉਸ ਦਾ ਕਿੱਡੀ ਵੱਡੀ ਕੰਟਰੀਬਿਊਸ਼ਨ ਆ ਔਰ ਐਸੇ ਤਰੀਕੇ ਨਾਲ ਤੁਸੀਂ ਅਜਮੇਰ ਸਿੰਘ ਨੂੰ ਕਿਉਂ ਬਦਨਾਮ ਕਰ ਰਹੇ ਹੋ ਉਹ ਇੱਕ ਸ਼ਰੀਫ ਆਦਮੀ ਆ ਉਸ ਨੇ ਆਪਣੀ ਬੀਐਸਸੀ ਇੰਜੀਨੀਅਰਿੰਗ ਕਰਦਾ ਸੀ ਉਸ ਦੇ ਫਾਈਨਲ ਇਅਰ ਦੇ ਵਿੱਚ ਉਸ ਨੇ ਉਹ ਮੂਵਮੈਂਟ ਦੇ ਵਿੱਚ ਆ ਗਿਆ ਉਸ ਤੋਂ ਬਾਅਦ ਜਦੋਂ ਕਲੂਕਾਰਾ ਹੋਇਆ ਤਾਂ ਉਹ ਬਹੁਤ ਪ੍ਰਭਾਵਿਤ ਹੋ ਗਿਆ ਟਰਾਂਸਫਰਮੇਸ਼ਨ ਆ ਗਈ ਉਸ ਦੀ ਲਾਈਫ ਦੇ ਵਿੱਚ ਇੱਕ ਐਸੀ ਤਬਦੀਲੀ ਆ ਗਈ ਕਿ ਉਸ ਨੇ ਨੈਕਸ ਸਲਾਈਡ ਜਾਂ ਕਮਿਊਨਿਸਟ ਮੈਨੂੰ ਨਹੀਂ ਪਤਾ ਕੀ ਸੀ ਕੀ ਨਹੀਂ ਮੈਂ ਉਹਦੀ ਕੋਈ ਬੈਕਗ੍ਰਾਉਂਡ ਨਹੀਂ ਜਾਣਦਾ ਮੈਂ ਸਿਰਫ ਉਸ ਨੂੰ ਅਸੈਸ ਕੀਤਾ ਉਸ ਦਾ ਜੋ ਇੰਟੈਲੈਕਚੁਅਲ ਕੰਟਰੀਬਿਊਸ਼ਨ ਹੈ ਜਿਸ ਕਿਸਮ ਦਾ ਉਸ ਨੇ ਇਤਿਹਾਸ ਨੂੰ ਦੇਣ ਦਿੱਤੀ ਆ ਔਰ ਜਿਸ ਕਿਸਮ ਦੀ ਖੂਬਸੂਰਤ ਪੰਜਾਬੀ ਦੇ ਵਿੱਚ ਉਹ ਕਿਤਾਬਾਂ ਲਿਖੀਆਂ ਉਹ ਬਹੁਦਿਆਂ ਉਹ ਹਮੇਸ਼ਾ ਜ਼ਿੰਦਾ ਰਹਣਗੀ ਕ੍ਰਿਟਨ ਵਰਡ ਨੂੰ ਕੋਈ ਮਿਟਾ ਨਹੀਂ ਸਕਦਾ ਗੁਰਤੇਜ ਸਿੰਘ ਵਰਗੇ 100 ਗੁਰਤੇਜ ਸਿੰਘ ਪੈਦਾ ਹੋ ਜਾਣ। ਤੋਂ ਜਿਸ ਤਰੀਕੇ ਨਾਲ ਅਜਮੇਰ ਸਿੰਘ ਦੇ ਵਿੱਚ ਪਰਵਰਤਨ ਆਇਆ ਮੈਂ ਬੰਦਾ ਸਿੰਘ ਬਹਾਦਰ ਦੀ ਮਿਸਾਲ ਦੇ ਕੇ ਕਹਿ ਰਿਹਾ। ਮੈਂ ਕਹਿ ਰਿਹਾ ਉਹ ਪਰਵਰਤਨ ਆਉਂਦੇ ਜ਼ਿੰਦਗੀਆਂ ਦੇ ਵਿੱਚ। ਔਰ ਪਰਵਰਤਨ ਐਸੇ ਆਉਂਦੇ ਆ ਜਿਹੜੇ ਇਨਸਾਨ ਦੀਆਂ ਜ਼ਿੰਦਗੀਆਂ ਬਦਲ ਦਿੰਦੇ ਆ। ਐਸੇ ਤਰੀਕੇ ਕੋਈ ਡਕੁਆਇਰਡ ਹੁੰਦੇ ਉਹ ਸੰਤ ਬਣ ਜਾਂਦੇ ਆ। ਕੋਈ ਬਹੁਤ ਬੜੇ ਮਤਲਬ ਕਿਰਿਮੀਨਲ ਹੁੰਦੇ ਆ ਉਹ ਬਹੁਤ ਅੱਛੇ ਹਿਊਮਨ ਬੀਇੰਗਸ ਬਣ ਜਾਂਦੇ ਆ ਤੋਂ ਇਸ ਕਿਸਮ ਦੀ ਛਾਪ ਜਿਸ ਕਿਸਮ ਦੀ ਗੁਰਤੇਜ ਸਿੰਘ ਲਾ ਰਿਹਾ ਹੁਣ ਦੂਸਰੀ ਗੱਲ ਕੀ ਕਹਿ ਰਿਹਾ ਕਿ ਲਓ ਜੀ ਉੱਥੇ ਦਰਬਾਰ ਸਾਹਿਬ ਦੇ ਵਿੱਚੋਂ ਜਿਹੜੇ ਬੰਦੇ ਨਿਕਲੇ ਉਹਨਾਂ ਨੂੰ ਉਹਨਾਂ ਨੇ ਮਾਰ ਦਿੱਤਾ ਮੈਂ ਇਹਨੂੰ ਇੱਕ ਗੱਲ ਇੱਥੇ ਬਹੁਤ ਹੀ ਇੰਪੋਰਟੈਂਟ ਗੱਲ ਦੱਸਣੀ ਚਾਹੁੰਦਾ ਗੁਰਤੇਜ ਸਿੰਘ ਨੂੰ ਕਿ ਲੋਂਗੋਵਾਲ ਜਿਹੜਾ ਆਪਣੇ ਆਪ ਨੂੰ ਮਰਜੀਵੜਾ ਕਹਿੰਦਾ ਸੀ ਉਸਨੇ ਸਲੰਡਰ ਕੀਤਾ ਔਰ ਉਸਨੇ ਸਲੰਡਰ ਕਰਨ ਤੋਂ ਬਾਅਦ ਸਰਕਾਰ ਦੇ ਨਾਲ ਡਾਇਲੌਗ ਸ਼ੁਰੂ ਕੀਤਾ ਔਰ ਰਜੀਵ ਲੌਂਗਵਾਲ ਅਕੋਰਡ ਸਾਈਨ ਕੀਤਾ ਜਿਹੜਾ ਸਿੱਖਾਂ ਦੀ ਬਰਬਾਦੀ ਦਾ ਇੱਕ ਬਹੁਤ ਵੱਡਾ ਡਾਕੂਮੈਂਟ ਹੈ ਗੁਰਤੇਜ ਸਿੰਘ ਉਹਨੂੰ ਪੜ ਉਹਦੀ ਨੌਵੀਂ ਮਦ ਪੜ ਜਿਸ ਗੱਲ ਦੇ ਉੱਤੇ ਧਰਮੀ ਉਦਮ ਮੋਰਚਾ ਜਾਂ ਕਾਪੂਰੀ ਮੋਰਚਾ ਚੱਲਿਆ ਧਰਮੀ ਉਦਮ ਮੋਰਚਾ ਚੱਲਿਆ ਸ਼੍ਰੀ ਅਕਾਲ ਤੱਕ ਸਾਹਿਬ ਟਾਟੇਰੀ ਕੀਤਾ ਸ਼੍ਰੀ ਦਰਬਾਰ ਸਾਹਿਬ ਟਾਟੇਰੀ ਕੀਤਾ ਵੁੱਡਰੋਸ ਚਲਿਆ ਤੂੰ ਮੇਰਾ ਮਤਲਬ ਕਹਿਣ ਦਾ ਕੋਈ ਸ਼ਰਮ ਹਿਆਤ ਹੋਣੀ ਚਾਹੀਦੀ ਕੋਈ ਇਨਸਾਨੀਅਤ ਆ ਹੋਣੀ ਚਾਹੀਦੀ ਆ ਕੋਈ ਥੋੜੀ ਬਹੁਤੀ ਸਚਾਈ ਤਾਂ ਹੋਣੀ ਚਾਹੀਦੀ ਆ ਜਿਸ ਕਿਸਮ ਦੀ ਤਬਾਹੀ ਲਾਂਗੋ ਆਣ ਲੈ ਜਾਂਦੀ ਮੈਂ ਸਮਝਦਾ ਉਹਦੇ ਨਾਲ ਕੀ ਟ੍ਰੀਟਮੈਂਟ ਹੋਣਾ ਚਾਹੀਦਾ ਇਹ ਆਪ ਹੀ ਦੱਸਦੇ ਔਰ ਇਸੇ ਤਰੀਕੇ ਨਾਲ ਦੂਸਰੇ ਨੂੰ ਤੋਂ ਪ੍ਰੋਜੈਕਟ ਕਰ ਰਹੇ ਹਾਂ ਤੂੰ ਇਹ ਕਹਿ ਰਹੇਂ ਖਾਲਿਸਤਾਨ ਇੱਕ ਸ਼ਬਦ ਆ ਜੋ ਇੰਡਕਟ ਕਰ ਦਿੱਤਾ ਗਿਆ ਉਹ ਸਿੱਖਾਂ ਨੂੰ ਕੀ ਮਿਲਿਆ ਵਿਦਨਲੀ ਫਰੇਮਵਰਕ ਆਫ ਇੰਡੀਅਨ ਕਨਸਟੀਟਿਊਸ਼ਨ ਪਾਣੀ ਦਾ ਅਧਿਕਾਰ ਸਾਰੇ ਸੂਬਿਆਂ ਨੂੰ ਐਕਸੈਪਟ ਪੰਜਾਬ ਪੰਜਾਬ ਦੇ ਨਾਲ ਅਲਟਰਾ ਅਲਟਰਾ ਕਨਸਟੀਟਿਊਸ਼ਨਲ ਕਲੋਜ਼ 78 79 80 ਪਾਈਆਂ ਤੈਨੂੰ ਪਤਾ ਗੁਰਤੇਜ ਸਿੰਘ ਪਰ ਉਸ ਦੇ ਬਾਵਜੂਦ ਵੀ ਮਤਲਬ ਪੰਜਾਬ ਦੇ ਨਾਲ ਕਿੰਨੇ ਤੱਕੇ ਹੋਏ ਪੰਜਾਬ ਦੇ ਨੌਜਵਾਨਾਂ ਨਾਲ ਕਿੰਨਾ ਹੁਣ ਵੀ ਪੰਜਾਬ ਦੇ ਨੌਜਵਾਨ ਜੇਲ੍ਹਾਂ ਦੇ ਵਿੱਚ ਬੈਠੇ ਤੂੰ ਕਦੇ ਆਵਾਜ਼ ਬੁਲੰਦ ਕੀਤੀ ਤੂੰ ਅਮਰਿੰਦਰ ਸਿੰਘ ਦਾ ਵੀ ਚਹੇਤਾ ਅਮਰਿੰਦਰ ਸਿੰਘ ਦੇ ਖਿਲਾਫ ਕਦੇ ਤੂੰ ਆਵਾਜ਼ ਇੱਕ ਵੀ ਇੱਕ ਵੀ ਲਫ਼ਜ਼ ਬੋਲਿਆ ਕਿ ਕਿਸ ਕਿਸਮ ਦਾ ਸਾਢੇ 4 ਸਾਲ ਦਾ ਉਸ ਦਾ ਰਜਾਈਮਾ ਤੂੰ ਕਦੇ ਮੂੰਹ ਨਹੀਂ ਖੋਲਿਆ ਹੁਣ ਮੈਂ ਤੁਹਾਨੂੰ ਇੱਕ ਹੋਰ ਏਸ ਆਦਮੀ ਦੀ ਕਰਤੂਤ ਦੱਸਦਾ ਕਿ ਏਸ ਦਾ ਆਪਣੇ ਸਟੈਪ ਬ੍ਰਦਰਸ ਦੇ ਨਾਲ ਜ਼ਮੀਨਾਂ ਦਾ ਝਗੜਾ ਸੀ ਉਸ ਵੇਲੇ ਕੇ ਪੀਐਸ ਗਿੱਲ ਡੀਜੀਪੀ ਸੀ ਪੰਜਾਬ ਦਾ ਤਾਂ ਏਸ ਨੇ ਡੀਜੀਪੀ ਤੱਕ ਅਪਰੋਚ ਕੀਤਾ ਕਿਹਦੇ ਰਾਹੀਂ ਪ੍ਰੋਫੈਸਰ ਮਨਜੀਤ ਸਿੰਘ ਸਿੱਧੂ ਜੋ ਕਿ ਕੁਲਮਸੀ ਕੇਪੀਐਸ ਗਿੱਲ ਦਾ ਉਹਦੇ ਤਰਲੇ ਕੱਡੇ ਮੈਂ ਉਸ ਦਾ ਚਸ਼ਮਦੀਦ ਗਵਾ ਮੈਂ ਇਸ ਨੂੰ ਕਿਹਾ ਵੀ ਮੇਰਾ ਜ਼ਿਕਰ ਨਾ ਕਰੀ ਮੇਰਾ ਜ਼ਿਕਰ ਕਰੇਗਾ ਤਾਂ ਤੈਨੂੰ ਹੋਰ ਤਬਾਹੀ ਆਏਗੀ ਕਿਉਂਕਿ ਮੈਂ ਕੇਪੀਐਸ ਗਿੱਲ ਦੇ ਖਿਲਾਫ ਬਹੁਤ ਚੀਜ਼ਾਂ ਲਿਖ ਚੁੱਕਿਆ ਮੈਂ ਸਟੇਟਸਮੈਨ ਦੇ ਵਿੱਚ ਅਨੇਕਾਂ ਆਰਟੀਕਲ ਛਪੀਆਂ ਮੀਂਹ ਚੀਜ਼ਾਂ ਮੈਂ ਜਿਸ ਦਿਨ ਉਸ ਦੇ ਖਿਲਾਫ ਵਰਡਿਕਟ ਆਇਆ ਸੀ ਉਸ ਦੇ ਵਿੱਚ ਇੰਗਲਿਸ਼ ਟ੍ਰਿਬਿਊਨ 'ਚ ਲਿਖਿਆ ਸੀ ਵੈਲ ਡਿਸਰਵਡ ਵਰਡਿਕਟ ਜਿਦੋਂ ਕਿ ਕੋਈ ਬੋਲਦਾ ਨਹੀਂ ਸੀ ਮੈਂ ਪੁੱਛਣਾ ਚਾਹੁੰਦਾ ਸਰਦਾਰ ਗੁਰਦੇਵ ਸਿੰਘ ਜੀ ਥੋੜੀ ਕਦੇ ਕਲਮ ਇਸ ਪਾਸੇ ਚੱਲੀ ਹੈ ਕਦੇ ਤੁਸੀਂ ਕੇਪੀਐਸ ਗਿੱਲ ਦੇ ਇੱਕ ਵੀ ਲਫਜ਼ ਖਿਲਾਫ ਲਿਖਿਆ ਹੋਵੇ ਕਦੇ ਤੁਸੀਂ ਕਿਹਾ ਹੋਵੇ ਵੀ ਹਿਊਮਨ ਰਾਈਟਸ ਵਾਇਓਲੇਸ਼ਨਸ ਕੇਪੀਐਸ ਗਿੱਲ ਨੇ ਕੀਤੀਆਂ ਕਦੇ ਲਿਖਿਆ ਕਦੇ ਬੋਲਿਆ ਤੁਸੀਂ ਸਿੱਖਾਂ ਨੂੰ ਨਿੰਦਣ ਲਈ ਪੈਦਾ ਹੋਏ ਹੋ ਸਿੱਖਾਂ ਨੂੰ ਡਿਮੋਲਿਸ਼ ਕਰਨ ਲਈ ਪੈਦਾ ਹੋਏ ਆ ਸਿੱਖਾਂ ਨੂੰ ਤੁਸੀਂ ਮਤਲਬ ਇਸ ਉਹਨਾਂ ਦੀ ਕੈਰੈਕਟਰ ਐਸੈਸੇਸ਼ਨ ਕਰਨ ਲਈ ਪੈਦਾ ਹੋਏ ਹੋ ਸੋਚੋ ਵਿਚਾਰੋ ਆਪਣਾ ਅੰਦਰ ਦੇਖੋ ਫਿਰ ਤੁਸੀਂ ਆ ਜਾ ਕੇ ਗੱਲ ਕਰੋ ਦੂਸਰ ਤੇ ਦੂਸ਼ਣਬਾਜ਼ੀ ਲਾਉਣੀ ਤੁਹਾਡੇ ਫਿੱਤਰਤ ਹੈ ਤੁਸੀਂ ਕਹਿ ਰਹੇ ਹੋ ਨਾ ਵੀ ਗੁਰਦਰਸ਼ਨ ਸਿੰਘ ਢਿੱਲੋਂ ਨੇ ਪੰਡਾ ਮੰਨ ਲਿਆ ਡਾਲਰਾਂ ਦੀ ਕੋਈ ਬੰਦਾ ਅਮਰੀਕਾ ਦੇ ਵਿੱਚੋਂ ਇਹ ਕਹਿੰਦੇ ਹੋਏ ਗੁਰਦਰਸ਼ਨ ਸਿੰਘ ਢਿੱਲੋਂ ਨੇ 5 ਡਾਲਰ ਵੀ ਲਏ ਹੋਣ ਮੈਂ ਪੰਜਾਬ ਯੂਨੀਵਰਸਿਟੀ ਜਿਹੜਾ ਹਿੰਦੂਆਂ ਦਾ ਆਦਾਰਾ ਤੈਨੂੰ ਪਤਾ ਇਸ ਗੱਲ ਦਾ ਗੁਰਤੇਜ ਸਿੰਘ ਮੈਂ ਉੱਥੋਂ ਐਜ਼ ਪ੍ਰੋਫੈਸਰ ਔਰ ਚੇਅਰਮੈਨ ਰਹਾ ਔਰ ਮੇਰੇ ਕੋਲ ਬਹੁਤ ਸਾਰੇ ਫੰਡਸ ਹੁੰਦੇ ਸੀ ਮੈਂ ਕਦੇ ਜ਼ਿੰਦਗੀ ਦੇ ਵਿੱਚ ਇੱਕ ਪੈਸੇ ਦੀ ਹੇਰਾਫੇਰੀ ਨਹੀਂ ਕੀਤੀ ਕਿਸੇ ਨਾਲ ਕੋਈ ਧੋਖਾ ਨਹੀਂ ਕੀਤਾ ਤੇਰੇ ਦਾ ਆਪਣੇ ਭਰਾਵਾਂ ਨਾਲ ਤੇਰੇ ਆਪਣੇ ਭਤੀਜਾਂ ਨਾਲ ਝਗੜੇ ਆ ਤੇਰੇ ਮੈਂ ਉਹ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਉਹ ਤੁਹਾਡੀ ਪਰਸਨਲ ਗੱਲ ਹੈਗੀ ਪਰ ਮੈਂ ਤੈਨੂੰ ਇਹ ਦੱਸਣਾ ਚਾਹੁੰਦਾ ਕਿ ਤੂੰ ਕਦੇ ਵੀ ਕਦੇ ਵੀ ਤੂੰ ਰਵੇਰੋ ਦੇ ਖਿਲਾਫ ਕੀ ਲਿਖਿਆ ਦਿਖਾ ਤੂੰ ਕੇਪੀਐਸ ਗਿਲ ਦੇ ਖਿਲਾਫ ਕੀ ਲਿਖਿਆ ਦਿਖਾ ਤੂੰ ਅਮਰਿੰਦਰ ਸਿੰਘ ਦੇ ਖਿਲਾਫ ਕੀ ਲਿਖਿਆ ਤੂੰ ਬਿਆਨ ਸਿੰਘ ਦੇ ਖਿਲਾਫ ਕੀ ਲਿਖਿਆ ਤੂੰ ਐਸੇ ਥੀ ਕਹਿੰਦੇ ਦਰਬਾਰਾ ਸਿੰਘ ਨੇ ਜਿਸ ਨੇ ਤਬਾਹੀ ਕੀਤੀ ਪੰਜਾਬ ਦੀ ਉਹਦੇ ਖਿਲਾਫ ਕੀ ਲਿਖਿਆ 10 10 ਲਿਆ ਸਾਹਮਣੇ ਤੂੰ ਆਪਣੇ ਆਪ ਨੂੰ ਕਹਿਣਾ ਵੀ ਤੂੰ ਬਹੁਤ ਬੜਾ ਆਥਰ ਆ ਤੂੰ ਬਹੁਤ ਬੜਾ ਸਕਾਲਰ ਆ 10 ਸਕਾਲਰਸ਼ਿਪ ਕੋਈ ਚੀਜ਼ ਨਹੀਂ ਹੁੰਦੀ ਇਨਸਾਨੀਅਤ ਸਭ ਤੋਂ ਵੱਡੀ ਚੀਜ਼ ਹੁੰਦੀ ਆ ਔਰ ਸਚਾਈ ਸਭ ਤੋਂ ਵੱਡੀ ਚੀਜ਼ ਹੁੰਦੀ ਆ ਸੋ ਮੈਂ ਇਹ ਚੀਜ਼ਾਂ ਕਹਿਣੀਆਂ ਨਹੀਂ ਸੀ ਪਰ ਤੂੰ ਇਸ ਕਿਸਮ ਦੇ ਇਲਜ਼ਾਮ ਤਲਾਸ਼ ਕੀਤੇ ਆ ਮੇਰੇ ਕੋਲ ਵਾਈਟ ਪੇਪਰ ਆ ਤੂੰ ਦੇਖ ਲੈ ਮੇਰਾ ਕਰਤਾਰ ਜਿਸ ਦੇ ਉੱਤੇ ਤੂੰ ਦੂਸ਼ਣਬਾਜ਼ੀ ਲਾ ਰਿਹਾ ਏ ਮੈਨੂੰ ਟੌੜਾ ਸਾਹਿਬ ਲੱਖਾਂ ਰੁਪਏ ਦਿੰਦੇ ਸੀ ਲੱਖਾਂ ਔਰ ਉਹ ਕਹਿੰਦੇ ਸੀ ਇਸ ਵਾਈਟ ਪੇਪਰ ਲਿਖ ਦਿਓ ਤੂੰ ਵੀ ਉਸ ਵੇਲੇ ਸੀ ਕਿਉਂ ਨਾ ਵਾਈਟ ਪੇਪਰ ਲਿਖਿਆ ਲਿਖਦਾ ਵਾਈਟ ਪੇਪਰ ਜੇ ਹਿੰਮਤ ਸੀ ਲਿਖਦਾ ਵਾਈਟ ਪੇਪਰ ਤੋਂ ਉਹ ਮੈਨੇ ਕੋਲ ਆਏ ਪਹਿਲਾਂ ਉਹ ਸਤਿੰਦਰਾ ਸਿੰਘ ਵਾਈਸ ਐਡਮਿਰਲ ਸਤਿੰਦਰਾ ਸਿੰਘ ਸੀ ਦਿੱਲੀ ਦੇ ਜਿਹੜੇ ਜਾਣਦੇ ਸੀ ਜਿਸ ਦੇ ਚ ਤੂੰ ਚੁਗਲੀ ਕਰਕੇ ਚੁਗਲੀ ਮੇਰੇ ਖਿਲਾਫ ਕੀਤੀ ਸੀ ਮੈਨੂੰ ਇਸ ਗੱਲ ਦਾ ਪੂਰਾ ਪਤਾ ਪਰ ਫਿਰ ਵੀ ਮੈਂ ਤੁਹਾਨੂੰ ਮਾਫ ਕਰਤਾ ਮੈਂ ਕਿਹਾ ਦਫਾ ਕਰੋ ਇਸ ਆਦਮੀ ਦਾ ਕਰਦਾ ਤੋਂ ਉਹ ਮਤਲਬ ਉਸਨੇ 6 ਲੱਖ ਰੁਪਇਆ ਲੈ ਲਿਆ ਸੀ ਸ਼ਰੂਮਨੀ ਗੁਰਦੁਆਰਾ ਪ੍ਰਬੰਧਕਤੋਂ ਕਮੇਟੀ ਤੋਂ ਉਸ ਵੇਲੇ ਔਰ ਬਾਕੀ ਉਸਨੇ ਲੈਣੇ ਸੀ ਤਾਂ ਉਸ ਬੰਦੇ ਨੇ ਫੇਰ ਕੀ ਕੀਤਾ ਉਸਨੇ ਕਿਹਾ ਵੀ ਮੈਨੂੰ ਤਾਂ ਲਿਖਿਆ ਨਹੀਂ ਜਾਂਦਾ ਉਸਨੇ 6 ਲੱਖ ਵਾਪਸ ਕਰ ਦਿੱਤੇ ਤਾਂ ਬਾਅਦ ਦੇ ਵਿੱਚ ਟੋੜਾ ਸਾਹਿਬ ਮੇਰੇ ਕੋਲ ਆਏ ਔਰ ਟੋੜਾ ਸਾਹਿਬ ਦੇ ਦੋ ਐਸ ਵੇਲੇ ਐਡਵਾਈਜ਼ਰ ਮਾਲੀ ਮਲਵਿੰਦਰ ਸਿੰਘ ਮਾਲੀ ਹੈਗਾ ਪੁੱਛ ਲਾ ਉਹਨੂੰ ਜਾ ਕੇ ਇਸੇ ਤਰੀਕੇ ਦੇ ਨਾਲ ਉਹ ਗੁਰਦਰਸ਼ਨ ਸਿੰਘ ਬਾਹਿਆ ਹੈਗਾ ਜਿਹੜੇ 24 ਘੰਟੇ ਟੋੜੇ ਦੇ ਨਾਲ ਰਹਿੰਦੇ ਸੀ ਤਾ ਟੌੜਾ ਸਾਹਿਬ ਮੈਨੂੰ ਕਹਿਣ ਲੱਗੇ ਮੇਰਾ ਨਾਂ ਲੈ ਕੇ ਕਿ ਤੁਸੀਂ ਇਹ ਸਾਡਾ ਕੰਮ ਮੈਂ ਉਸ ਵੇਲੇ ਜੌਬ ਕਰਦਾ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਤਾਂ ਮੈਨੂੰ ਕਹਿਣ ਲੱਗੇ ਤੁਸੀਂ ਸਾਡਾ ਕੰਮ ਕਰ ਦਿਓ ਮੈਂ ਕਿਹਾ ਜੀ ਤੁਹਾਡਾ ਕੰਮ ਨਹੀਂ ਇਹ ਪੰਥ ਦਾ ਕੰਮ ਹੈ ਤਾਂ ਉਹ ਮੈਨੂੰ ਕਹਿਣ ਲੱਗੇ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਆ ਮੈਂ ਕਿਹਾ ਤੁਸੀਂ ਪੈਸੇ ਕਿੱਥੋਂ ਦੋਵੋਗੇ ਤਾਂ ਉਹ ਕਹਿਣ ਲੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂ ਕਿਹਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਕਿੱਥੋਂ ਆਉਂਦੇ ਆ ਤਾਂ ਉਹ ਕਹਿਣ ਲੱਗੇ ਚੜਾਵੇ ਦੇ ਮੈਂ ਕਿਹਾ ਮੇਰੇ ਇੱਕੋ ਬੱਚਾ ਮੈਂ ਚੜਾਵੇ ਦੇ ਪੈਸੇ ਨਹੀਂ ਲੈਣੇ ਚੜਾਵੇ ਦੇ ਪੈਸੇ ਕੀ ਹੁੰਦੇ ਆ ਕਿ ਕਿਸੇ ਦਾ ਮਾਂ ਮਰ ਗਈ ਕਿਸੇ ਦਾ ਪਿਓ ਮਰ ਗਿਆ ਕਿਸੇ ਦਾ ਪੁੱਤ ਮਰ ਗਿਆ ਕਿਸੇ ਧੀ ਮਰ ਗਈ ਉਹ ਚੜਾਵਾ ਹੁੰਦਾ ਤੋ ਆ ਪਿਆ ਗੁਰਦੇਵ ਸਿੰਘ ਆ ਦੇਖ ਲਾ ਆ ਦੇਖ ਲਾ ਮੈਂ ਲਿਖਾ ਕੇ ਲਿਆ ਤੋੜੇ ਤੋ ਔਰ ਤੋੜੇ ਦੀ ਸੀਲ ਲਗਵਾਈ ਆ ਔਰ 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 ਜਿਹੜਾ ਹੋਰ ਤੈਨੂੰ ਦੱਸ ਦਿੰਨਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਇੱਕ ਪੈਸਾ ਅਕਾਊਂਟ ਫਰ ਹੁੰਦਾ ਕਿਉਂਕਿ ਉਹ ਐਕਟ ਹੈ ਗਵਰਨਮੈਂਟ ਆਫ ਇੰਡੀਆ ਦਾ ਉਹਦਾ ਕਢਾ ਕੇ ਦੇਖ ਲਾ ਕਿ ਮੈਂ ਉਹਨਾਂ ਤੋਂ ਇੱਕ ਪੈਸਾ ਵੀ ਲਿਆ ਆ ਪਿਆ ਵਾਈਟ ਪੇਪਰ ਆ ਪਿਆ ਵਾਈਟ ਪੇਪਰ ਔਰ ਇਹਦੇ ਚ ਤੂੰ ਨੁਕਸ ਕੱਢ ਦੇ ਮੈਂ ਕਹਿੰਦਾ ਤੂੰ ਐਨਾਲਿਸਿਸ ਕਰ ਇਹਨਾਂ ਕਿਤਾਬਾਂ ਦਾ ਤੂੰ ਰਿਵਿਊ ਕਰ ਇਹਨਾਂ ਕਿਤਾਬਾਂ ਦਾ ਤੂੰ ਰਿਵਿਊ ਕਰ ਅਜਮੇਰ ਦੀਆਂ ਕਿਤਾਬਾਂ ਦਾ ਕਰ ਰਿਵਿਊ ਜੇ ਤੇਰੇ ਚ ਹਿੰਮਤ ਹੈ ਉਈਓ ਗਾਲ ਗਲੋਚ ਕਰਨਾ ਕਿਸੇ ਨੂੰ ਬਦਨਾਮ ਕਰਨਾ ਕਿਸੇ ਤੇ ਕਿਸੇ ਦੀ ਕੈਰੈਕਟਰ ਅਸੈਸੀਨੇਸ਼ਨ ਕਰਨੀ ਇੰਨੇ ਪੰਨਾ ਮੰਨੀਆਂ ਡਾਲਰਾਂ ਦੀ ਕੋਈ ਬੰਦਾ ਅਮਰੀਕਾ ਚ ਹੋਏ ਕਹਿ ਦੇਵੇ ਮੈਂ ਆਪਣਾ ਗਰਦਨ ਕਟਵਾ ਦੂੰਗਾ ਗੁਰੂ ਗ੍ਰੰਥ ਸਾਹਿਬ ਦੇ ਖੜੇ ਹੋ ਕੇ ਕਹਿ ਦਵੇ ਕਿਸੇ ਬੰਦੇ ਤੋਂ ਮੈਂ 5 ਡਾਲਰ ਵੀ ਲੈ ਹੁਣ ਮੇਰੇ ਚ ਇਨਸਾਨੀਅਤ ਆ ਪੰਜਾਬ ਯੂਨੀਵਰਸਿਟੀ ਚੋਂ ਮੈਂ ਆਨਰੇਬਲੀ ਰਿਟਾਇਰ ਹੋਇਆ ਜਿਹੜਾ ਹਿੰਦੂਆਂ ਦਾ ਬਹੁਤ ਵੱਡਾ ਆਦਾਰਾ ਔਰ ਤੇਰਾ ਦਾ ਕਾਲੇ ੱੱੱ ੱੱਬੇ ਲੱਗੇ ਹੋਏ ਆ ਤੇਰੀ ਜਿਹੜੀ ਟਰਮੀਨੇਸ਼ਨ ਹੋਈ ਆ ਉਹਦਾ ਤੂੰ ਦੱਸਦਾ ਹੀ ਨਹੀਂ ਲੋਕਾਂ ਨੂੰ ਭਲੇਖੇ ਪਾ ਰਿਹਾ ਲੋਕਾਂ ਨੂੰ ਧੋਖਾ ਵਾਦੀ ਕਰ ਰਿਹਾ ਲੋਕਾਂ ਨਾਲ ਠੱਗੀ ਠੋਰੀ ਕਰ ਰਿਹਾ ਤੋ ਰੱਬ ਦਾ ਵਾਸਤਾ ਹੈ ਫੇਥ ਇਨ ਗੋਡ ਹੈ ਫੇਥ ਇਨ ਗੋਡ ਔਰ ਇਫ ਯੂ ਡੂ ਨੋਟ ਹੈਵ ਫੇਥ ਇਨ ਗੋਡ ਤਾਂ ਤੇਰੀ ਇਹੀ ਹਾਲਤ ਰਹੇਗੀ ਤੇਰੇ ਜੁੱਤੀਆਂ ਪੈਂਦੀਆਂ ਲੈਣਗੀਆਂ ਤੋ ਤੇਰੀ ਜ਼ਬਾਨ ਤੇ ਆਪਣਾ ਕੰਟਰੋਲ ਨਹੀਂ ਮੈਂ ਤਾਂ ਕਹਿ ਰਿਹਾ ਮੇਰੇ ਕੋਲ ਹਲੇ ਐਵਿਡੈਂਸ ਆ ਜੋ ਤੇਰਾ ਐਬਸਟ੍ਰੈਕਟਸ ਆਫ 6 ਸਟੱਡੀਜ਼ ਦੇ ਦਫ਼ਤਰ ਚ ਹੋਇਆ ਉਹਦੇ ਉਹਨਾਂ ਦੇ ਕੈਂਪਸ ਤੇ ਹੋਇਆ ਇਸੇ ਤਰੀਕੇ ਨਾਲ ਸਪੋਕਸਮੈਨ ਆ ਉਹਦੇ ਘਰੇ ਹੋਇਆ 19 ਸੈਕਟਰ ਦੇ ਚ ਹੁਣ ਤਾਂ ਉਹ 21 ਸੈਕਟਰ ਚ ਰਹਿੰਦਾ ਤੋ ਇਸੇ ਤਰੀਕੇ ਨਾਲ ਦਿੱਲੀ ਸਿਡਨੀ ਗੁਰਦੁਆਰੇ ਚ ਹੋਇਆ ਇਹ ਬਹੁਤ ਮਾੜੀ ਮੰਦਪਾਗੀ ਗੱਲ ਮੈਂ ਇਸ ਨੂੰ ਹੁਣ ਵੀ ਕਹਿੰਦਾ ਮੰਦਪਾਗੀ ਗੱਲ ਆ ਇਹ ਹੋਣਾ ਨਹੀਂ ਸੀ ਚਾਹੀਦਾ ਪਰ ਤੇਰੀ ਜ਼ਬਾਨ ਤੇ ਕੰਟਰੋਲ ਨਹੀਂ ਤੇਰੀ ਜ਼ਬਾਨ ਹੈ ਪੌਇਜ਼ਨ ਔਰ ਤੂੰ ਇਸ ਤਰੀਕੇ ਨਾਲ ਪੌਇਜ਼ਨਸ ਤਰੀਕੇ ਨਾਲ ਲੋਕਾਂ ਤੇ ਅਟੈਕ ਕਰਦਾ ਕਿ ਲੋਕ ਵਿਚਾਰੇ ਮਤਲਬ ਪਰੇਸ਼ਾਨ ਹੋ ਜਾਂਦੇ ਆ ਲੋਕ ਇੱਕ ਇੱਕ ਕਿਸਮ ਦੀ ਉਹਨਾਂ ਨੂੰ ਐਸੀ ਪਰੇਸ਼ਾਨੀ ਹੋ ਜਾਂਦੀ ਆ ਜਿਹਦੀ ਕੋਈ ਅੰਦਾਜ਼ਾ ਨਹੀਂ ਫਿਰ ਉਹ ਅਗਲਾ ਵਾਇਲੈਂਟ ਹੋ ਕੇ ਤੇਰੇ ਤੇ ਹਟਾਇਕੀ ਕਰੂ ਤੈਨੂੰ ਗਾਲਾਂ ਨਹੀਂ ਕੱਢੂ ਤੇਰੇ ਜੁੱਤੀਆਂ ਨਹੀਂ ਮਾਰੂਗਾ ਤੋ ਐਸ ਕਰਕੇ ਇਸ ਉਮਰ ਦੇ ਵਿੱਚ ਜਿਸ ਉਮਰ ਤੇ ਤੂੰ ਪਹੁੰਚਿਆ ਮੈਂ ਮੇਰੇ ਖਿਆਲ 78 90 ਸਾਲਾ ਦਾ ਤੂੰ ਹੋਏਗਾ ਤੂੰ ਇਸ ਗੱਲ ਦੀ ਥੋੜੀ ਜੀ ਸ਼ਰਮ ਮਾ ਥੋੜੀ ਜੀ ਸ਼ਰਮ ਮੰਨ ਸ਼ਰਮ ਮੰਨ ਕੇ ਆਪਣੇ ਆਪ ਤੇ ਡਿਸਪਲਿਨ ਤੇ ਕੰਟਰੋਲ ਕਰ ਤੋ ਇਹ ਮਤਲਬ ਇਸ ਕਿਸਮ ਦੀਆਂ ਚੀਜ਼ਾਂ ਪਾਉਂਦੀਆਂ ਨੇ ਤੋ ਹੁਣ ਮੈਂ ਇੱਥੇ ਇੱਕ ਤੈਨੂੰ ਮੜੀ ਜੀ ਗੱਲ ਕਹਿਣ ਲੱਗਾ ਹਾਂ ਵੈਨ ਯੂ ਥਰੋ ਸਟਿੰਕਰਸ ਔਨ ਅਦਰਸ ਸਮ ਆਫ ਸਟਿੰਗਸ ਇਜ਼ ਬਾਉਂਡ ਟੂ ਕਮ ਬੈਕ ਔਨ ਯੂ ਜਦੋਂ ਤੂੰ ਦੂਸਰਿਆਂ ਤੇ ਸਟਿੰਕਰ ਸਿੱਟੇਂਗਾ ਕੁਝ ਤੇਰੇ ਤੇ ਆਉਣਗੇ ਸੋ ਇਸ ਕਰਕੇ ਇਹ ਨਾ ਸਮਝੀਂ ਕਿ ਤੂੰ ਕਿਸੇ ਐਸੀ এনवायरमेंट ਚ ਰਹਿ ਰਿਹਾ ਜਿੱਥੇ ਕੋਈ ਤੇਰੇ ਤੇ ਅਟੈਕ ਨਹੀਂ ਕਰੇਗਾ ਤੇਰੇ ਤੇ ਅਟੈਕ ਕਰਨਗੇ ਤੂੰ ਹੁਣ ਵਿਚਾਰਾ ਉਹ ਕੀ ਆ ਜਿਹੜਾ ਸੀਗਾ ਵਿਚਾਰਾ ਸੁਖਦੇਵ ਸਿੰਘ ਬਬਰ ਉਸਦੇ ਤੇ ਕਿਸ ਤਰੀਕੇ ਦੀ ਉਹਦੀ ਕੈਰੈਕਟਰ ਐਸਾਸਿਨ ਉਸਨੇ ਜਾਨ ਦੇ ਦਿੱਤੀ ਵਿਚਾਰੇ ਨੂੰ ਮੇਰਾ ਉਹਨਾਂ ਨਾਲ ਕੋਈ ਤੱਲਕ ਨਹੀਂ ਮੇਰਾ ਦੂਰ ਦਾ ਵੀ ਮੈਂ ਤਾਂ ਉਸ ਵੇਲੇ ਜੌਬ ਕਰਦਾ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਔਰ ਮੈਂ ਪੰਜਾਬ ਯੂਨੀਵਰਸਿਟੀ ਚ ਉਹ ਆਨਰੇਬਲੀ ਰਿਟਾਇਰ ਹੋਇਆ ਮੈਂ ਪੈਨਸਲ ਲੈ ਰਿਹਾ ਜੇ ਮੇਤੋਂ ਕੋਈ ਕੁਤਾਹੀ ਹੁੰਦੀ ਹਿੰਦੂਆਂ ਨੇ ਮੈਨੂੰ ਬਖਸ਼ਣਾ ਨਹੀਂ ਸੀ ਗੁਰਤੇਜ ਸਿੰਘ ਤੈਨੂੰ ਪਤਾ ਇਸ ਗੱਲ ਦਾ ਤੂੰ ਇਸ ਯੂਨੀਵਰਸਿਟੀ ਚ ਪੜਿਆ ਤੂੰ ਇਸ ਯੂਨੀਵਰਸਿਟੀ ਚ ਪੜਿਆ ਤੈਨੂੰ ਪਤਾ ਕੀ ਕੈਰੇਕਟਰ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਤੋ ਇਸ ਕਰਕੇ ਮੈਂ ਪਹਿਲਾ ਸਿੱਖਾਂ ਟਰਬਨ ਸਿੱਖ ਫੁੱਲ ਫਲੈਸ਼ ਸਿੱਖ ਜਿਹੜਾ ਹਿਸਟਰੀ ਡਿਪਾਰਟਮੈਂਟ ਦੇ ਵਿੱਚ ਅਪਾਇੰਟ ਹੋਇਆ ਸੀ ਤੇਰਾ ਦੋਸਤ ਆ ਜੇਸ ਕਿਰੇਵਾਲ ਉਹ ਇੱਥੇ ਹੁੰਦੇ ਸੀ ਉਹਨਾਂ ਦੇ ਵਾਲ ਕਟਾਏ ਹੋਏ ਸੀ ਓਪਨਲੀ ਸਿਗਰਟਾ ਪੀਂਦੇ ਸੀ ਹੱਥ ਉਹਨਾਂ ਦੇ ਕਾਲੇ ਹੋਏ ਹੋਏ ਸੀ ਸ਼ਰਾਬ ਪੀਂਦੇ ਸੀ ਹੋਰ ਕੀ ਕੁਝ ਐਬ ਕਰਦੇ ਸੀ ਇਹ ਤਾਂ ਰੱਬ ਜਾਣੇ ਮੈਂ ਤੁਹਾਨੂੰ ਉਹਨਾਂ ਦੇ ਬਾਰੇ ਬਹੁਤਾ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਉਹ ਬਹੁਤ ਬੜੀ ਉਮਰ ਦੇ ਵਿੱਚ ਪਹੁੰਚ ਚੁੱਕੇ ਆ। ਤੋ ਹੁਣ ਇਹ ਆ ਕਿ ਇਸ ਜਿਹੜੀ ਜੋ ਚੀਜ਼ ਆ ਤੂੰ ਇਹ ਚਾਹਨਾ ਵੀ ਸਿੱਖ ਆਪਣੀ ਕੋਈ ਪੋਲੀਟੀਕਲ ਅੰਬਿਸ਼ਨ ਨਾ ਰੱਖਣ ਤੂੰ ਸਿੱਖ ਸਲੇਵਰ ਰਹਿਣ ਗੁਲਾਮ ਰਹਿਣ ਤੂੰ ਗੁਲਾਮ ਰਹਿ ਸਕਦਾ ਤੇਰੀ ਗੁਲਾਮੀ ਜ਼ਹਿਨੀਤਾ ਪਰ ਸਿੱਖ ਆਜ਼ਾਦ ਜੰਮਿਆ ਆਜ਼ਾਦ ਰਹੇਗਾ ਔਰ ਆਜ਼ਾਦੀ ਦੀ ਉਹਦੀ ਵਿਰਾਸਤ ਆ ਗੁਰੂਆਂ ਦੀ ਦਿੱਤੀ ਹੋਈ ਤੋ ਇਸ ਕਰਕੇ ਇਸ ਕਿਸਮ ਦੇ ਮੁਹਾਵਰੇ ਮਤ ਪੜੋ ਤੋ ਸਿੱਖਾਂ ਦੇ ਸਿੱਖਾਂ ਦੇ ਕੋਲ ਅੱਜ ਵੀ ਨਿਊ ਵਰਲਡ ਆਰਡਰ ਆ ਤਾ ਤੂੰ ਕਹਿਣਾ ਨਾ ਫੁਲਾਣੇ ਨੇ ਮੇਰਾ ਰਾਜ ਕਰੇਗਾ ਖਾਲਸਾ ਤੇ ਆਰਟੀਕਲ ਮੇਰਾ ਤੇ ਖੜਕ ਸਿੰਘ ਮਾਨ ਦਾ ਜੁਆਇੰਟਲੀ ਸਿੱਖ ਰਿਵਿਊ ਚ ਛਪਿਆ ਪਿਆ ਦੇਖ ਤੂੰ ਉਹ ਚੀਜ਼ਾ ਦੇਖਦਾ ਨਹੀਂ ਔਰ ਤੂੰ ਬਾਰ-ਬਾਰ ਕਹਿ ਰਿਹਾ ਕਿਸੇ ਨੇ ਇੱਕ ਲਫ਼ਜ਼ ਨਹੀਂ ਲਿਖਿਆ ਆਪ ਮੇਰੇ ਵਾਈਟ ਪੇਪਰ 'ਚ ਸਿੱਖ ਕੁਆਲਿਟੀ ਦੇ ਉੱਤੇ 20 ਪੇਜ ਆ ਪੜ ਇਹਨਾਂ ਨੂੰ ਤੈਨੂੰ ਸਮਝ ਆਵੇ ਕੀ ਗੱਲ ਆ ਸਿੱਖਾਂ ਦੀ ਇਹਦੇ ਵਿੱਚ 20 ਪੇਜ ਆ ਗੁਰਤੇਜ ਸਿੰਘ ਤੂੰ ਦੇਖਦਾ ਨਹੀਂ ਕਿਉਂਕਿ ਤੇਰੇ ਦਿਮਾਗ 'ਚ ਨਫ਼ਰਤ ਆ ਦੂਜੇ ਲਈ ਜੇ ਗੁਰਦਰਸ਼ਨ ਸਿੰਘੇ ਦਾ ਅਥਰਾ ਮੈਂ ਕਿਤਾਬ ਨੂੰ ਹੱਥ ਵੀ ਨਹੀਂ ਲਾਊਗਾ ਜੇ ਅਜਮੇਲ ਸਿੰਘ ਉਹਦਾ ਅਥਰਾ ਮੈਂ ਉਸ ਕਿਤਾਬ ਨੂੰ ਹੱਥ ਵੀ ਨਹੀਂ ਲਾਊਗਾ ਔਰ ਇਸ ਤਰ੍ਹਾਂ ਦੁਨੀਆ ਚ ਜਿਵੇਂ ਨਹੀਂ ਜਾ ਸਕਦਾ ਗੁਰਤੇਜ ਸਿੰਘ ਦੁਨੀਆ ਦੇ ਵਿੱਚ ਜਿਆ ਜਾਏਗਾ ਵਿਦ ਅਕਮੋਡੇਸ਼ਨ ਇਹੀ ਹੈਰੀਟੇਜ ਆ ਸਿੱਖੀ ਦੀ ਇਹੀ ਹੈਰੀਟੇਜ ਆ ਤੋ ਇਸ ਕਰਕੇ ਮੈਂ ਜਿਹੜਾ ਉਹ ਲਿਖਿਆ ਵੀ ਆ ਵਾਈਟ ਪੇਪਰ ਉਹਦੇ ਵਿੱਚ ਤੁਕ ਦਿੱਤੀ ਹੈ ਗੁਰੂ ਮਹਾਰਾਜ ਦੀ ਕੀ ਕਹਿੰਦੇ ਸਬੇ ਸਾਂਝੀ ਵਾਲ ਦਸਾਇਨ ਕੋਈ ਨਾ ਦਿਸੇ ਬਾਹਰਾਂ ਜੀ ਸਾਡੇ ਹੈਰੀਟੇਜ ਆ ਅਸੀਂ ਤਾਂ ਇਸ ਕਿਸਮ ਦਾ ਵਰਲਡ ਥਿਊਰੀ ਸਿੱਖਾਂ ਦਾ ਜਿਸ ਦੇ ਵਿੱਚ ਇੱਕ ਐਸਾ ਵਰਲਡ ਆਰਡਰ ਆ ਸਾਡੇ ਕੋਲ ਜਿਹੜਾ ਕਿਸੇ ਕੋਲ ਨਹੀਂ ਹੈ ਦੁਨੀਆ ਦੇ ਵਿੱਚ ਨਾ ਹਿੰਦੂਆਂ ਦੇ ਕੋਲ ਨਾ ਅਲਾਨੀਆਂ ਤੌਰ ਤੇ ਕਹਿਣਾ ਨਾ ਮੁਸਲਮਾਨਾਂ ਦੇ ਕੋਲ ਨਾ ਸਾਈਆਂ ਦੇ ਕੋਲ ਉਹ ਕੀ ਹੈ ਮੈਕਬਲੀ ਦੀ ਦੀ ਪ੍ਰਿੰਸ ਜਿਹੜੀ 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 ਕੀ ਕਹਿ ਰਹੀ ਹੈ ਕਿ ਐਂਡਸ ਜਿਹੜੇ ਹੈ ਦੇ ਜਸਟੀਫਾਈ ਦਾ ਮੀਨਸ ਸਾਡੇ ਉਹ ਆਧਾਰ ਨਹੀਂ ਹੈਗੇ ਇਸੇ ਤਰੀਕੇ ਨਾਲ ਕੋਟਲਿਆ ਦਾ ਹੈਗਾ ਅਰਥ ਸ਼ਾਸਤਰ ਹਿੰਦੂਆਂ ਦਾ ਔਰ ਉਸੇ ਤਰੀਕੇ ਦੇ ਨਾਲ ਮਨੁਸਮ੍ਰਿਤੀ ਹਿੰਦੂਆਂ ਦੀ ਤੂੰ ਉਹਨਾਂ ਦੀ ਗੋਦੀ 'ਚ ਬੈਠਾ ਦੱਸਦਾ ਨਹੀਂ ਤੂੰ ਜੋ મોદી ਆਪ ਕਰਨਾ ਚਾਹੁੰਦਾ ਤੇ ਤੈਨੂੰ ਕਰਾ ਰਿਹਾ ਮਾਫ ਕਰਨਾ ਇਹ ਤੋ ਕਰਾ ਰਿਹਾ ਔਰ ਤੂੰ ਮਤਲਬ ਜ਼ਲੀਲ ਹੋ ਰਿਹਾ ਇਹ ਕੰਮ ਕਰਨ ਦੇ ਲਈ ਖਾਲਸਤਾਨ ਕਿੱਥੋਂ ਆ ਗਿਆ ਕੀ ਹੋ ਗਿਆ ਆਜ਼ਾਦੀ ਹੈ ਆਜ਼ਾਦੀ ਦਾ ਨਿਗਮਾਨਾ ਸਾਡਾ ਹੈਰੀਟੇਜ ਹੈ ਸਾਨੂੰ ਮਿਲਿਆ ਗੁਰੂ ਦੇ ਵਿਰਸੇ ਚੋਂ ਅਸੀਂ ਆਜ਼ਾਦੀ ਚਾਹੁੰਦੇ ਹਾਂ ਕਿਉਂ ਨਹੀਂ ਅਸੀਂ ਆਜ਼ਾਦੀ ਚਾਹੁੰਦੇ ਕਿਉਂ ਅਸੀਂ ਗੁਲਾਮੀ ਚ ਰਹੀਏ ਸਾਡੇ ਨਾਲ ਜਾਤੀਆਂ ਹੋਈਆਂ ਹਰ ਪਹਿਲੂ ਤੇ ਜਾਤੀਆਂ ਹੋਈਆਂ ਹਿਊਮਨ ਰਾਈਟਸ ਵਾਇਲੇਸ਼ਨ ਸਾਡੀਆਂ ਹੋਈਆਂ ਇਸੇ ਤਰੀਕੇ ਨਾਲ ਪਾਣੀਆਂ ਦੇ ਮੁੱਦੇ ਤੇ ਕਿਸ ਤਰੀਕੇ ਨਾਲ ਸਾਡੀ ਲੁੱਟ ਹੋਈ ਹੈ ਤੋ ਇਹ ਕੀ ਗੱਲ ਹੈਗੀ ਕਿੱਧਰ ਨੂੰ ਲਿ ਜਾ ਰਹੇ ਹਾਂ ਤੂੰ ਕੌਮ ਨੂੰ ਕਿਸ ਕਿਸਮ ਦੀ ਤੂੰ ਮਿਸ ਗਾਈਡ ਕਰ ਰਹੇ ਹਾਂ ਕੌਮ ਨੂੰ ਸ਼ਰਮ ਕਰ ਤੋ ਇਸ ਕੇ ਜਿਹੜਾ ਹੈ ਉਹ ਮੈਂ ਤੈਨੂੰ ਦੱਸਣਾ ਚਾਹਣਾ ਸੁਣ ਲੈ ਕੰਨ ਖੋਲ ਕੇ ਕਨਸਟੀਟਿਊਸ਼ਨ ਆਫ ਖਾਲਸਾ ਕਾਮਨਵੈਲਥ ਕੀ ਹੈਗਾ ਲਾ ਲਾਫ ਲਵ ਦੀ ਲਾਫ ਟਰਥ ਐਂਡ ਦੀ ਲਾਫ ਜਸਟਿਸ ਅਸੀਂ ਉਸ ਕਿਸਮ ਦਾ ਉਸ ਕਿਸਮ ਦਾ ਸਿਸਟਮ ਬਣਾਉਣਾ ਚਾਹੁੰਦੇ ਆ ਜਿਹਦੇ ਚ ਪਿਆਰ ਹੋਵੇ ਕਿਉਂਕਿ ਵਾਰਡ ਥਿਊ ਸਿੱਖਾਂ ਦਾ ਲਵ ਹੈ ਸਿੱਖਾਂ ਦਾ ਬੈਨ ਵਿਰੋਧ ਨਹੀਂ ਸਿੱਖ ਨੇ ਕਿਸੇ ਤੋਂ ਬਦਲਾ ਨਹੀਂ ਲੈਣਾ ਗੁਰੂ ਗ੍ਰੰਥ ਸਾਹਿਬ 'ਚ ਤੂੰ ਤਾਂ ਬਹੁਤ ਮেরি ਕਲੇਮ ਕਰਦਾ ਵੀ ਮੈਂ ਬਹੁਤ ਗੁਰੂ ਗ੍ਰੰਥ ਸਾਹਿਬ ਪੜਿਆ ਉਹਦੇ 'ਚ ਕੋਈ ਬਦਲੇ ਦਾ ਸ਼ਬਦ ਨਹੀਂ ਉਹਦੇ 'ਚ ਸਿਰਫ ਇਨਸਾਫ ਲਫ਼ਜ਼ ਤੇ ਨਵਰੀਸ ਤੇਮਾਲ ਹੋਇਆ ਗੁਟੇ ਸਿੰਘ ਸੋ ਇਸ ਕਰਕੇ ਤੂੰ ਇਸ ਕਿਸਮ ਦਾ ਐਟੀਟਿਊਡ ਬਦਲ ਲੈ ਆਪਣੇ ਆਪ ਨੂੰ ਪੋਜ਼ਿਟਿਵਿਟੀ 'ਚ ਲੈ ਕੇ ਆ ਨੈਗੇਟਿਵਿਟੀ 'ਚ ਨਹੀਂ ਗਿਆ ਔਰ ਤੂੰ ਫਲਰਿਸ਼ ਨਹੀਂ ਕੀਤਾ ਮਾਫ਼ ਕਰਨਾ ਮੈਂ ਬਹੁਤ ਚੀਜ਼ਾਂ ਹੋਰ ਆ ਮੈਂ ਕਹਿਣੀਆਂ ਨਹੀਂ ਚਾਹੁੰਦਾ ਜੇ ਤੂੰ ਇਸੇ ਤਰੀਕੇ ਨਾਲ ਆਪਣੀ ਕਲਮ ਤੇ ਆਪਣੀ ਜ਼ੁਬਾਨ ਮੇਰੇ ਖਿਲਾਫ ਲਗਾਏਗਾ ਤਾਂ ਮੇਰੇ ਕੋਲ ਵੀ ਬਹੁਤ ਤੇਰੇ ਹੋਰ ਵੀ ਹੈਗੇ ਆ ਜਿਹੜੇ ਮੈਂ ਹਲੇ ਕੰਟਰੋਲ ਚ ਰੱਖੇ ਹੋਏ ਆ ਤਾਂ ਇਸ ਕਰਕੇ ਅੱਜ ਜ਼ਰੂਰਤ ਹੈ ਕਿ ਕੋਈ ਪੋਜ਼ਿਟਿਵ ਕੰਮ ਕਰਕੇ ਇਸ ਦੁਨੀਆ ਚੋਂ ਜਾਈਏ ਸਾਡੀਆਂ ਉਮਰਾਂ ਇਸ ਵੇਲੇ ਇਹ ਮੰਗ ਕਰ ਰਹੀਆਂ ਪੰਥ ਵੀ ਸਾਥੋਂ ਇਹੀ ਮੰਗ ਕਰ ਰਿਹਾ ਕਿ ਇੱਕ ਵੀ ਲਫ਼ਜ਼ ਇਸ ਕਲਮ ਚੋਂ ਗੁਰਦਰਸ਼ਨ ਸਿੰਘ ਦੀ ਕਲਮ ਦੇ ਵਿੱਚੋਂ ਨਿਕਲੇ ਬੋਲਣ ਚ ਜਾਂ ਲਿਖਣ ਚ ਉਹ ਗੁਰੂ ਨੂੰ ਸਮਰਪਿਤ ਹੋਵੇ ਏ ਸੱਚੇ ਪਾਤਸ਼ਾਹ ਮੈਂ ਅਰਦਾਸ ਕਰਦਾ ਕਿ ਮੇਰੀ ਜ਼ਬਾਨ 'ਚ ਕੋਈ ਲਫ਼ਜ਼ ਵੀ ਸਿੱਖੀ ਦੇ ਗੁਰੂ ਦੇ ਵਿਰੋਧ 'ਚ ਕਿਸੇ ਗਰੀਬ ਦੇ ਵਿਰੋਧ 'ਚ ਨਾ ਨਿਕਲੇ ਉਹਨਾਂ ਦੇ ਹੱਕ ਵਿੱਚ ਨਿਕਲੇ ਅੱਜ ਮੈਂ ਇਹੀ ਆਵਾਜ਼ ਬੁਲੰਦ ਕਰ ਰਿਹਾ ਕਿ ਉਹਨਾਂ ਸ਼ਹੀਦਾਂ ਨੂੰ ਬਦਨਾਮ ਮਤ ਕਰ ਇਹ ਬਦਨਾਮੀ ਤੈਨੂੰ ਲੈ ਡੁਬੇਗੀ ਔਰ ਤੈਨੂੰ ਉਹਨਾਂ ਨੇ ਕੁਝ ਨਹੀਂ ਦੇਣਾ ਤੈਨੂੰ ਮੈਂ ਇਹ ਦਾਅਵੇ ਨਾਲ ਕਹਿੰਦਾ ਤੈਨੂੰ ਉਹਨਾਂ ਨੇ ਇਸਤੇਮਾਲ ਕਰ ਰਿਹਾ ਹੈ ਇਸਤੇਮਾਲ ਕਰਦੇ ਰਹਿਣਗੇ ਤੈਨੂੰ ਨਾ ਨਰਸਿਮਰ ਉਹਨੇ ਕੁਝ ਦਿੱਤਾ ਨਾ ਇਸੇ ਤਰੀਕੇ ਨਾਲ ਚੰਦਰਸ਼ੇਖਰ ਨੇ ਕੁਛ ਦਿੱਤਾ ਨਾ ਤੂੰ ਲੈ ਲੜੀਆਂ ਗੱਡੀਆਂ ਗੈਨੀ ਜ਼ੈਲ ਸਿੰਘ ਦੀਆਂ ਉਹਨੇ ਤੈਨੂੰ ਕੁਛ ਦਿੱਤਾ ਤੋ ਇਸ ਕਰਕੇ ਦੇਣਾ ਉਸਨੇ ਅਕਾਲ ਪੁਰਖ ਨੇ ਜਿਸ ਤੋਂ ਤੂੰ ਬੇਮੁਖ ਹੋਇਆ ਹੋਇਆ ਵੇ ਦੇਣਾ ਅਕਾਲ ਪੁਰਖ ਨੇ ਜਿਸ ਤੋਂ ਤੂੰ ਬੇਮੁਖ ਹੋਇਆ ਹੋਇਆ ਤੋ ਇਸ ਕਰਕੇ ਤੇਰੇ ਬਹੁਤ ਪਵਾੜੇ ਆ ਮੈਨੂੰ ਬਹੁਤ ਕੁਛ ਪਤਾ ਹੈਗਾ ਮਜਬੂਰ ਨਾ ਕਰ ਸੱਚਾ ਸੁੱਚਾ ਹੋ ਕੇ ਗੁਰੂ ਦੇ ਲੇਖੇ ਲੱਗ ਜਾ ਕੁਛ ਲਿਖ ਲੈ ਕੁਛ ਬੋਲ ਲੈ ਉਹ ਬੋਲੀ ਉਹ ਲਿਖੀ ਜਿਹੜਾ ਗੁਰੂ ਨੂੰ ਸਮਰਪਿਤ ਹੋਵੇ ਸਿੱਖੀ ਨੂੰ ਸਮਰਪਿਤ ਹੋਵੇ ਗਰੀਬਾਂ ਨੂੰ ਸਮਰਪਿਤ ਹੋਵੇ ਧੰਨਵਾਦ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ